ਆਗਾ ਮੇਰੀ ਤਮੰਨਾ ਵੇ ਜਦੋਂ ਕਰਬਲਾ ਦੀ ਜੰਗ ਛਿੜੇ ਆਗਾ ਹੁਸੈਨ ਪਹਿਲਾਂ ਜੰਗ ਮੈਂ ਕਰਾਂਗਾ ਆਗਾ ਹੁਸੈਨ ਮੈਂ ਤੁਹਾਡੇ ਤੋਂ ਕੁਰਬਾਨ ਹੋਵਾਂਗਾ ਆਗਾ ਹੁਸੈਨ ਮੈਂ ਕਿਆਮਤ ਵਾਲੇ ਦਿਨ ਤੁਹਾਡੀ ਮਾਂ ਨੂੰ ਚਿਹਰਾ ਵਿਖਾਵਾਂਗਾ ਤੁਹਾਡੇ ਨਾਨੇ ਦੇ ਸਾਹਮਣੇ ਚਿਹਰਾ ਲੈ ਕੇ ਜਾਵਾਂਗਾ ਇਧਰੋਂ ਜੰਗ ਸ਼ੁਰੂ ਆਉਣ ਵਾਲੀ ਹੈ ਮੇਰੇ ਇਮਾਮ ਨੇ ਹੁਣ ਤਿਆਰ ਕੀਤਾ ਹੈ ਇਧਰ ਬਾਬਾ ਜੀ ਜੁਮਲੇ ਸੁਣਿਆ ਰਹੇ ਆਪਣੇ ਪੁੱਤਰ ਨੂੰ ਸਲਾਮ ਆਖਿਆ ਵੇ ਇਧਰੋਂ ਜਨਾਬੇ ਹੋਰ ਜੰਗ ਸ਼ੁਰੂ ਹੋ ਗਈ ਹੈ ਉਧਰੋਂ ਸ਼ਿਮਰ ਕਹਿਣ ਲਗਾ ਹੋਰ ਕਿੱਦਾਂ ਰਾਇਆ ਹੈ ਆਖਣ ਲਗਾ ਜੰਗ ਸ਼ੁਰੂ ਕਰਿਆ ਰੇ ਆਖਣ ਲਗਾ ਸਾਡਾ ਸਾਥੀ ਹੋ ਗਏ ਸਾਡੇ ਨਾਲ ਦਾ ਹੋ ਗਏ ਅੱਜ ਸਾਨੂੰ ਪਿਆ ਲਲਕਾਰਨਾ ਵੇ ਜਨਾਬੇ ਹੋਰ ਨੇ ਹੱਥ ਬੁਲੰਦ ਕੀਤਾ ਇਧਰ ਵੇਖਿਓ ਹੱਥ ਬੁਲੰਦ ਕਰਕੇ ਫਰਮਾਇਆ ਉਹ ਕਮੀਨਿਓ ਪਹਿਲਾਂ ਮੈਂ ਤੁਹਾਡੇ ਨਾਲ ਦਾਸਾਂ ਮੈਂ ਹੁਣ ਹੁਸੈਨ ਦੇ ਨਾਲ ਦਾ ਮੇਰੇ ਇਮਾਮ ਦਾ ਸਬਾਈ ਫਰਮਾਉਂਦੇ ਨੇ ਮੈਂ ਹੁਸੈਨੀ ਬਣ ਗਿਆ ਮੈਂ ਯਜ਼ੀਦੀ ਤੋਂ ਹੁਸੈਨੀ ਹੋ ਗਿਆ ਵਾਂ ਸ਼ਿਮਰ ਕਹਿਣ ਲਗਾ ਬੜਾ ਧੋਖਾ ਖਾ ਗਿਆ ਵੇ ਬੜਾ ਨੁਕਸਾਨ ਦਾ ਸੌਦਾ ਕਰ ਲਿਆ ਫਰਮਾਇਆ ਸ਼ਿਮਰ ਨਾਨ ਇਹ ਨੁਕਸਾਨ ਦਾ ਸੌਦਾ ਨਹੀਂ ਹੋਇਆ ਇਹ ਧੋਖੇ ਦਾ ਸੌਦਾ ਨਹੀਂ ਹੋਇਆ ਮੈਂ ਆਪਣੀਆਂ ਅੱਖਾਂ ਨਾਲ ਮੰਜ਼ਰ ਵੇਖ ਆਇਆ ਵਾਂ ਮੈਂ ਆਪਣੀਆਂ ਅੱਖਾਂ ਨਾਲ ਤਸਵੀਰ ਵੇਖ ਆਇਆ ਵਾਂ ਬਾਬਾ ਜੀ ਜੰਗ ਸ਼ੁਰੂ ਆਉਣ ਤੋਂ ਪਹਿਲਾਂ ਸ਼ਿਮਰ ਕਹਿਣ ਲਗਾ ਸੋਚ ਲੈ ਇੱਥੇ ਇੱਕ ਮਿੰਟ ਲੱਗਣਾ ਸ਼ਹੀਦ ਹੋ ਜਾਵੇਗਾ ਰੱਬੇ ਕਾਬਾ ਦੀ ਕਸਮੇ ਜੁਮਲੇ ਸੁਣਿਆ ਰੇ ਇਧਰੋਂ ਜਨਾਬੇ ਹੋਰ ਦੀ ਤਲਵਾਰ ਵੀ ਚੱਲਦੀ ਹੈ ਇਧਰੋਂ ਯਜ਼ੀਦੀ ਵਾਸਲੇ ਜਹਨਮ ਹੋ ਰਹੇ ਨੇ ਜਿਹੜਾ ਸਾਹਮਣੇ ਆਉਂਦਾ ਵਾਸਲੇ ਜਹਨਮ ਆਉਂਦਾ ਹੈ ਜਿਹੜਾ ਸਾਹਮਣੇ ਆਉਂਦਾ ਵਾਸਲੇ ਜਹਨਮ ਹੋ ਰਿਹਾ ਹੈ ਹਜ਼ਰਾ ਜੁਮਲੇ ਸੁਣਿਓ ਆਖਰੀ ਜੁਮਲੇ ਤਕਰੀਰ ਛੱਡਣ ਲਗਾਵਾਂ ਜਦੋਂ ਜਨਾਬੇ ਹੋਰ ਜ਼ਖਮਾਂ ਦੀ ਤਾਬ ਨਾ ਲਾਉਂਦੇ ਆ ਕਰਬਲਾ ਦੀ ਜ਼ਮੀਨ 'ਤੇ ਆ ਗਏ ਨੇ ਸ਼ਿਮਰ ਉੱਤੇ ਆ ਕੇ ਖਲੋ ਗਿਆ ਹੈ ਆਂਦਾ ਹੋਰ ਹੁਣ ਦੱਸ ਅਸੀਂ ਸੱਚੇ ਹਾਂ ਜਾਂ ਹੁਸੈਨ ਇਬਨੇ ਅਲੀ ਸੱਚਾ ਹੈ ਅਸੀਂ ਹੱਕ ਦੇ ਹਾਂ ਜਾਂ ਹੁਸੈਨ ਹੱਕ ਦੇਵੇ ਇਹ ਸ਼ੇਰ ਸੁਣ ਕੇ ਜਿਹੜਾ ਚੁੱਪ ਰਵੇ ਉਹਦੀ ਮਰਜ਼ੀ ਜਿਹੜਾ ਬੋਲੇ ਉਹਦੀ ਕਿਸਮਤ ਦੇ ਜ਼ਿਕਰੇ ਇਮਾਮੇ ਹੁਸੈਨ ਦੀ ਮਹਿਫਲ ਏ ਮੁਹਰਮ ਦਾ ਮਹੀਨਾ ਏ ਚਾਰ ਮੁਹਰਮ ਦਾ ਇਹ ਬਬਰਕਤ ਦਿਨ ਔਰ ਅੱਗੋਂ ਮਾਸ਼ਾਅੱਲਾ ਪੰਜ ਮੁਹਰਮ ਸ਼ੁਰੂ ਹੋ ਗਈ ਏ ਅਤੇ ਗੁਜਰਾਂਵਾਲੇ ਦੀ ਸਰਜ਼ਮੀਨ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਉੱਤੇ ਜ਼ਿਕਰੇ ਹੁਸੈਨ ਕੀਤਾ ਜਾ ਰਿਹਾ ਔਰ ਸੁਣਿਆ ਜਾ ਰਿਹਾ ਵਜਦਾਨ ਸਾਊਂਡ ਸਿਸਟਮ ਸਿਆਲਕੋਟ ਤੋਂ ਇਹਨਾਂ ਨੇ ਬੁਲਾਇਆ ਬੜੀ ਮੁਹੱਬਤ ਨਾਲ ਵੀਡੀਓ ਬਣਦੀ ਵੀ ਇਹ ਤਿੰਨ ਕੈਮਰੇ ਲੱਗੇ ਨੇ ਅੱਲਾ ਸਭ ਦੇ ਕੋਸ਼ਿਸ਼ ਨੂੰ ਕਾਵਿਸ਼ ਨੂੰ ਆਪਣੀ ਬਾਗ ਬਾਰਗਾਹ ਦੇ ਅੰਦਰ ਕਬੂਲ ਫਰਮਾਏ ਇੱਕ ਮਾਹੌਲ ਬਣਾਓ ਅਤੇ ਮੈਂ ਸ਼ੁਰੂ ਕਰਾਂ ਆਪਣੀ ਤਕਰੀਰ ਨੂੰ ਮਾਸ਼ਾਅੱਲਾ ਜਿਹੜੇ ਸਾਹਮਣੇ ਨੇ ਇੰਤਜ਼ਾਮੀਆਂ ਕੇ ਗੁਜ਼ਾਰਿਸ਼ ਹੈ ਉਹਨਾਂ ਨੂੰ ਵੀ ਬਿਠਾ ਦਿਓ ਇਸ ਤਰ੍ਹਾਂ ਮਾਹੌਲ ਖਰਾਬ ਨਾ ਹੋਵੇ ਕਿ ਮਹਿਫਲ ਬਣੀ ਹੁਣ ਸਾਰੀ ਉਲਟ ਹੋ ਗਈ ਇੱਕ ਪਾਸੇ ਤਵੱਜੋ ਫਰਮਾਇਆ ਜੇ ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ ਇਨਮਾ ਯੁਰੀਦੁਲਾਹ ਲਯੁਜ਼ਹਿਬਾ ਅਨਕੁਮ ਅਰ-ਰਿਜਸਾ ਅਹਲਲ ਬੈਤੀ ਵਯੁਤਹਿਰਕੁਮ ਤਦਹੀਰਾ ਮੇਰੇ ਤੋਂ ਕਬਲ ਮੁਫਤੀ ਸਾਹਿਬ ਖੂਬਸੂਰਤ ਹਾਜ਼ਰੀ ਪੇਸ਼ ਕਰ ਰਹੇ ਸਨ ਕਿਬਲਾ ਅਲਾਮਾ ਸਾਹਿਬ ਸਟੇਜ ਦੀ ਜ਼ੀਨਤ ਨੇ ਮੈਂ ਇੰਤਜ਼ਾਮੀਆਂ ਨੂੰ ਤਾਂ ਨਹੀਂ ਜਾਣਦਾ ਕਿ ਕਿਹੜੇ ਕਿਹੜੇ ਲੋਕ ਨੇ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਨ੍ਹਾਂ ਨੇ ਜ਼ਿਕਰੇ ਹੁਸੈਨ ਦੀ ਮਹਿਫਲ ਸਜਾਈ ਹੈ ਉਹਨਾਂ ਨੂੰ ਸੁਲਤਾਨੀ ਤਾਂ ਨਹੀਂ ਜਾਣਦਾ ਕਰਬਲਾ ਦਾ ਸ਼ਾਹ ਹੁਸੈਨ ਜਾਣਦਾ ਹੈ ਅਜ਼ਰਾ ਥੋੜ੍ਹੀ ਅੱਗੇ ਤਸ਼ਰੀਫ ਲਿਆਓ ਕਰਬਲਾ ਦਾ ਸ਼ਾਹ ਹੁਸੈਨ ਉਹਨੂੰ ਜ਼ਹਰਾ ਦਾ ਪੁੱਤਰ ਹੈ ਜਾਣਦਾ ਮੌਲਾ ਅਲੀ ਦਾ ਸ਼ਹਜ਼ਾਦਾ ਜਾਣਦਾ ਜਿਸ ਬੰਦੇ ਨੇ ਵੀ ਇੱਕ ਰੁਪਿਆ ਖਰਚ ਕੀਤਾ ਜਿਸ ਬੰਦੇ ਨੇ ਵੀ ਇੰਤਜ਼ਾਮ ਕੀਤਾ ਲੰਗਰ ਪਕਾਇਆ ਸਬੀ ਲਾਈ ਕਾਇਨਾਤ ਆਲਿਆ ਉਹਦੇ 'ਤੇ ਜ਼ਹਰਾ ਵੀ ਰਾਜ਼ੀ ਨੇ ਮੌਲਾ ਅਲੀ ਵੀ ਰਾਜ਼ੀ ਨੇ ਔਰ ਮੌਲਾ ਅਲੀ ਦਾ ਵੱਡਾ ਪੁੱਤਰ ਇਮਾਮੇ ਹਸਨ ਵੀ ਰਾਜ਼ੀ ਹੈ ਇਮਾਮੇ ਹੁਸੈਨ ਵੀ ਰਾਜ਼ੀ ਹੈ ਤੁਸੀਂ ਜ਼ੌਕ ਨਾਲ ਬਹਿਣਾ ਅਤੇ ਮੈਂ ਤਕਰੀਰ ਕਰਨੀ ਜ਼ਰਾ ਮੁਹੱਬਤ ਨਾਲ ਜਮਾਤ ਸੁਣਿਆ ਜੇ ਅੱਲਾ ਦਾ ਕੁਰਾਨ ਕਹਿ ਰਿਹਾ ਇਨਮਾ ਯੁਰੀਦੁਲਾਹ ਲਿਯੁਜ਼ਹਿਬਾ ਅਨਕੁਮ ਅਰ-ਰਿਜਸਾ ਅਹਲਲ ਬੈਤੀ ਵਯੁਤਹਿਰਕੁਮ ਤਤਹੀਰਾ ਫਰਮਾਇਆ
ਬੇਸ਼ੱਕ ਅੱਲਾ ਨੇ ਇਰਾਦਾ ਕੀਤਾ ਕਿ ਐ ਸੋਹਣਿਆ ਤੇਰੀ ਅਹਿਲੇ ਬੈਤ ਨੂੰ ਤਮਾਮ ਰਿਜਸ ਤੋਂ ਪਾਕ ਕਰ ਦਿੱਤਾ ਜਾਏ। ਕਿਸ ਤਰ੍ਹਾਂ ਪਾਕ ਕੀਤਾ ਜਾਏ? ਵਾਯੂ ਤਾਹੀਰਾ ਗੁਮ ਤਤਹੀਰਾ, ਜਿਵੇਂ ਪਾਕ ਕਰਨ ਦਾ ਹੱਕ ਹੁੰਦਾ। ਗੁਜਰਾ ਵਾਲੇ ਆਲਿਆ, ਜਿਹਨੇ ਪਹਿਲੇ ਨਹੀਂ ਸੁਣਿਆ ਉਹ ਵੀ ਸੁਣ ਲਵੇ, ਤੇ ਯੂਟਿਊਬ ਤੇ ਜਾ ਕੇ ਰਿਸਰਚ ਮਾਰ ਤੇ ਤੈਨੂੰ ਪਤਾ ਲੱਗੇ ਕਿ ਜ਼ਿਕਰੇ ਹੁਸੈਨ ਹਰ ਬੰਦੇ ਨੂੰ ਹਜ਼ਮ ਨਹੀਂ ਆਉਂਦਾ। ਇੱਧਰ ਤਵੱਜੋ ਫਰਮਾਇਆ ਜੇ, ਮੈਂ ਤੇ ਕਦੀ ਕਦੀ ਇੰਝ ਜਾਣਾ ਕਿ ਜਿਵੇਂ ਮੇਦੀ ਵਾਲੇ ਬੰਦੇ ਨੂੰ ਮਰਚ ਹਜ਼ਮ ਨਹੀਂ ਆਉਂਦੀ, ਜਿਵੇਂ ਮੇਦੀ ਵਾਲੇ ਬੰਦੇ ਨੂੰ ਜੁਮਲਾ ਸੁਣਨਾ ਹੀ। ਉਹ ਪੱਖੀ ਵਾਲਿਆ ਤੂੰ ਵੀ ਬਹਿ ਜਾ, ਮਿਹਰਬਾਨੀ ਜ਼ਰਾ ਮਿਹਰਬਾਨੀ, ਦੋ ਮਿੰਟ ਬਹਿ ਜਾਈ, ਹੁਣ ਜੁਮਲਾ ਜ਼ਾਇਆ ਨਾ ਕਰੀ। ਗੁਜਰਾਂ ਵਾਲੇ ਦੀ ਸਰਜ਼ਮੀਨ ਪੂਰੀ ਦੁਨੀਆ ਤੇ ਸੁਬਹ ਤੇਰੀ ਵੀਡੀਓ ਚੱਲ ਜਾਣੀ ਹੈ ਯੂਟਿਊਬ ਫੇਸਬੁੱਕ ਤੇ। ਅਲਲ ਐਲਾਨ ਸੁਲਤਾਨੀ ਕਹਿ ਰਿਹਾ, ਜਿਵੇਂ ਮੇਦੇ ਦੇ ਮਰੀਜ਼ ਨੂੰ ਮਿਰਚ ਹਜ਼ਮ ਨਹੀਂ ਆਉਂਦੀ, ਸ਼ੂਗਰ ਦੇ ਮਰੀਜ਼ ਨੂੰ ਮਿੱਠਾ ਹਜ਼ਮ ਨਹੀਂ ਆਉਂਦਾ, ਹੁੰਜ ਮੁਨਕਰੇ ਅਲੀ ਨੂੰ ਹੁਸੈਨ ਦਾ ਜ਼ਿਕਰ ਨਹੀਂ। ਜਿਹੜਾ ਮੁਨਕਰੇ ਅਲੀ ਹੈ, ਜਿਹੜਾ ਅਹਿਲੇ ਬੈਤ ਦਾ ਮੁਨਕਰੇ, ਉਹਨੂੰ ਇਹ ਜ਼ਿਕਰ ਹਜ਼ਮ ਨਹੀਂ ਹੋ ਸਕਦਾ ਸਾਡੇ ਦਿਲ। ਅੱਛਾ, ਤੁਹਾਨੂੰ ਕੋਈ ਆਖੇ ਵੀ ਤੁਹਾਨੂੰ ਕੀ ਲੱਭਿਆ ਮਹਿਫਲ ਕਰਾਈ ਜੇ, ਆ ਇੰਤਜ਼ਾਮੀਆ ਸਾਰੀ, ਤੁਹਾਨੂੰ ਕੀ ਲੱਭਿਆ ਮਹਿਫਲ ਕਰਾਈ ਜੇ? ਉਹਨਾਂ ਨੂੰ ਇੱਕ ਗੱਲ ਦੱਸਣੀ ਆ, ਉਹਨੂੰ ਆਖੀ ਵੀ ਅਸੀਂ ਲੱਭਣ ਵਾਸਤੇ ਮਹਿਫਲ ਨਹੀਂ ਕਰਾਈ, ਅਸੀਂ ਲੱਭਣ ਵਾਸਤੇ ਮਹਿਫਲ। ਇਹ ਤੇ ਬਾਬਾ ਜੀ ਲਾਲਚ ਹੋ ਗਿਆ ਨਾ ਵੀ ਅਸੀਂ ਇੰਝ ਕਰਾਂਗੇ ਤੇ ਸਾਨੂੰ ਇੰਝ। ਉਹ ਆਖੇਗਾ ਕਿਉਂ ਕਰਾਈ ਆ? ਉਹਨੂੰ ਦੱਸੀ ਅਸੀਂ ਇਸ ਵਾਸਤੇ ਕਰਾਈਏ ਕਿ ਜਦੋਂ ਕੱਲ੍ਹ ਕਿਆਮਤ ਦਾ ਦਿਨ ਹੋਵੇ। ਗੁਜਰਾਂ ਵਾਲੇ ਆਲਿਆ, ਜਦੋਂ ਕੱਲ੍ਹ ਕਿਆਮਤ ਦਾ ਦਿਨ ਹੋਵੇ, ਇੱਕ ਪਾਸੇ ਯਜ਼ੀਦੀ ਆਉਣ, ਇੱਕ ਪਾਸੇ ਹੁਸੈਨੀ ਆਉਣ, ਤੇ ਜ਼ਹਰਾ ਦਾ ਬੱਚਾ ਸਾਡੇ ਵੱਲ ਇਸ਼ਾਰਾ ਕਰਕੇ ਵੀ ਕਦੀ ਆਖ ਦੇਵੇ ਐ ਉਹ ਗੁਜਰਾਂ ਵਾਲੇ ਦੇ ਰਹਿਣ ਵਾਲੇ ਨੇ ਜਿੰਨਾ ਮੇਰਾ ਤੇ ਮੇਰੇ ਬਾਬੇ ਤੇ ਮੇਰੇ ਨਾਨੇ ਦਾ ਜ਼ਿਕਰ ਕਰਾਇਆ ਹੋਇਆ ਸੀ। ਇਸ ਵਾਸਤੇ ਬਾਬਾ ਜੀ ਆਲਾ ਲੀਲਾ ਨੇ ਗੁਜਰਾਂ ਵਾਲੇ ਦੀ ਸਰਜ਼ਮੀਨ ਅੰਦਰ ਸੁਲਤਾਨੀ ਆ ਕੇ ਆਲਾ ਲੀਲਾ ਨੇ ਕਹਿ ਰਿਹਾ, ਯਾ ਹੁਸੈਨ ਇਬਨ ਅਲੀ, ਜਿਹਦਾ ਹੱਥ ਥੱਲੇ ਥੱਲੇ ਰਹਿ ਜੇ ਕਿਸੇ ਨੇ ਸ਼ਿਕਵਾ ਨਹੀਂ, ਯਾ ਹੁਸੈਨ ਇਬਨ ਅਲੀ, ਤੇਰਾ ਜ਼ਮਾਨਾ ਯਾਦ ਹੈ। ਅੱਜ ਮਹਿਫਲ ਸਜਾਈਆ ਸੁਲਤਾਨੀ ਬੁਲਾਇਆ, ਸੁਣ ਕੀ ਕਹਿ ਰਿਹਾ ਲਲੀਲਾਨ ਕਹਿ ਰਿਹਾ, ਯਾ ਹੁਸੈਨ, ਜਿਹੜਾ ਖੜਾ ਜਿਹੜਾ ਬੈਠਾ ਹੁਸੈਨੀ ਸੱਜਾ ਹੱਥ ਬੁਲੰਦ ਕਰਕੇ, ਯਾ ਹੁਸੈਨ ਇਬਨ ਅਲੀ, ਤੇਰਾ ਜ਼ਮਾਨਾ ਯਾਦ ਹੈ, ਯਾ ਹੁਸੈਨ ਇਬਨ ਅਲੀ, ਤੇਰਾ ਜ਼ਮਾਨਾ ਯਾਦ ਹੈ। ਛੋੜ ਕਰੇ ਤੈਬਾ, ਇੱਧਰ ਦੇਖਣਾ ਹੀ ਮੇਰੇ ਵੱਲ, ਛੋੜ ਕਰੇ ਤੈਬਾ ਤੇਰਾ ਕਰਬਲ ਖੋ ਜਾਣਾ ਯਾਦ ਹੈ, ਯਾ ਹੁਸੈਨ ਇਬਨ ਅਲੀ, ਤੇਰਾ ਜ਼ਮਾਨਾ ਯਾਦ
ਰੱਬ ਹੈ। ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ ਹੈ ਇਨਮ ਯੂਰੀਦੁਲਲਾਹ ਲਿਯੁਜ਼ਹਿਬਾਕੁਮ ਅਰ-ਰਿਜਸਾ ਅਹਲਲ ਬੈਤ ਵਯੁਤਹਿਰਾਕੁਮ ਤਤਹੀਰਾ। ਅੱਜ ਹੱਥ ਬੁਲੰਦੀ ਕਰਕੇ ਹੁਸੈਨ ਦੇ ਨਾਂ ਤੇ ਬੋਲ ਸੁਭਾਨ ਅੱਲਾ। ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ ਹੈ ਏ ਉਹ ਨਬੀ ਦੀ ਆਲ ਏ ਨਬੀ ਦੀ ਅਹਲੇ ਬੈਦ ਜਿਹਨੂੰ ਅੱਲਾ ਨੇ ਪਾਕ ਕੀਤਾ ਹੈ ਜਿਹਨੂੰ ਰੱਬੇ ਮੁਹੰਮਦ ਨੇ ਪਾਕ ਕੀਤਾ ਹੈ। ਫਿਰ ਮੈਨੂੰ ਗੁਜਰਾਂ ਵਾਲੀ ਅਲੀਆ ਹੁਸੈਨ ਦੇ ਜ਼ਿਕਰ ਦੀ ਮਹਿਫਲ ਚ ਆਉਣ ਵਾਲਿਆ ਹੁਸੈਨ ਦੇ ਜ਼ਿਕਰ ਦੀ ਮਹਿਫਲ ਸਜਾਉਣ ਵਾਲਿਆ ਫਿਰ ਮੈਨੂੰ ਕਹਿਣਾ ਪੈ ਗਿਆ ਏ ਹੇ ਨਬੀ ਵੀ ਪਾਕੇ ਅਲੀ ਵੀ ਪਾਕੇ ਹਾਏ ਹਾਏ ਨਬੀ ਵੀ ਬੈਠੇ ਸੁਣੀ ਹੁਣ ਹਾਏ ਨਬੀ ਵੀ ਪਾਕੇ ਅਲੀ ਵੀ ਪਾਕੇ ਮੁਹੰਮਦ ਵੀ ਪਾਕੇ ਅਲੀ ਵੀ ਪਾਕੇ ਜ਼ਹਰਾ ਵੀ ਪਾਕੇ ਸੁਣੀ ਸੁਣੀ ਜ਼ਹਰਾ ਵੀ ਪਾਕੇ ਹਸਨ ਵੀ ਪਾਕੇ ਹੁਸੈਨ ਵੀ ਪਾਕੇ। ਹਲਲ ਇਲਾਣੇ ਜ ਨਹੀਂ ਤੇਰਾ ਮਜਮਾ ਨਾ ਹਿੱਲੇ ਤੇ ਗੱਲ ਕਰੀ ਤੇਰੇ ਗੁਜਰਾਂ ਵਾਲੇ ਨੂੰ ਪਤਾ ਲੱਗੇ ਅੱਜ ਹੁਸੈਨੀ ਆਇਆ ਅੱਜ ਹੁਸੈਨੀ ਬੈਠੇ ਹੋਏ ਨੇ ਹੋਏ ਅਸੀਂ ਇੱਕ ਲੰਗਰ ਵੀ ਹੁਸੈਨ ਦਾ ਖਾਣੇ ਆ ਅਸੀਂ ਕੱਪੜੇ ਵੀ ਹੁਸੈਨ ਦਾ ਸਦਕਾ ਪਾਉਂਦੇ ਹਾਂ ਸਾਡੇ ਵਿਹੜੇ ਵਸਦੇ ਨੇ ਕਰਬਲਾ ਦੇ ਸਯਦਾਂ ਦਾ ਸਦਕਾ ਵਸਦੇ ਨੇ ਮੌਲਾ ਅਲੀ ਦੇ ਪੁੱਤਰਾਂ ਦਾ ਸਦਕਾ ਵਸਦੇ ਨੇ ਹੇ ਜਨਾਬੇ ਜ਼ਹਰਾ ਦੇ ਬੱਚੀਆਂ ਦਾ ਸਦਕਾ ਵਸਦੇ ਨੇ ਹੋਏ ਕਦੀ ਆਲੇ ਨਬੀ ਦਾ ਦਾਮਾ ਨਾ ਛੜਿਆ ਰੇ ਕਦੀ ਹੁਸੈਨ ਇਬਨੇ ਅਲੀ ਨਾ ਛੜਿਆ ਰੇ ਸੁਣੀ ਕਦੀ ਹਸਨ ਇਬਨੇ ਅਲੀ ਨਾ ਛੜਿਆ ਰੇ ਏ ਓ ਹੁਸੈਨ ਜਿਨੋ ਮੇਰਾ ਨਬੀ ਕੰਧਿਆਂ ਤੇ ਚੁੱਕਦਾ ਰਿਹਾ ਜੀ ਬਾਬਾ ਜੁਮਲੇ ਸੁਣਿਆ ਰੇ ਇਹ ਮੇਰਾ ਓ ਹੁਸੈਨ ਜਿਹਨੋਂ ਮੇਰਾ ਨਬੀ ਕੰਧੀਆਂ ਇੱਧਰ ਵੇਖੀ ਮੇਰਾ ਨਬੀ ਕੰਧੀਆਂ ਦੀ ਉਠਾਉਂਦਾ ਰਿਹਾ ਏ ਮੇਰੇ ਨਬੀ ਨੇ ਕੰਧੀਆਂ ਤੇ ਉਠਾਇਆ ਏ ਇਹ ਕੌਣ ਹੁਸੈਨ ਜਿਹੜਾ ਨਾਨੇ ਦੇ ਜਿਸਮ ਨਾਲ ਚਿਮੜਦਾ ਰਿਹਾ ਏ ਜਿਹਨੋਂ ਗੁੜਤੀ ਨਬੀਆਂ ਦੇ ਇਮਾਮ ਨੇ ਦਿੱਤੀ ਏ ਅਲਾਮਾ ਸਾਹਿਬ ਓ ਹੁਸੈਨ ਜਿਹੜਾ ਨਾਨੇ ਦੀ ਜ਼ੁਬਾਨ ਚੂਸਦਾ ਰਿਹਾ ਏ ਇੰਤਜ਼ਾਮੀਆਂ ਵਾਲਿਆ ਜੁਮਲੇ ਸੁਣੀ ਏ ਓ ਹੁਸੈਨ ਜਿਹੜਾ ਨਾਨੇ ਦੇ ਸੀਨੇ ਦੇ ਚੱਲਦਾ ਰਿਹਾ ਏ ਓ ਹੁਸੈਨ ਜਿਹੜਾ ਨਾਨੇ ਦੀ ਸਵਾਰੀ ਤੇ ਬਹਿੰਦਾ ਰਿਹਾ ਏ ਓ ਹੁਸੈਨ ਜਿਹਨੂੰ ਮੇਰੇ ਨਬੀ ਨੇ ਫਰਮਾਇਆ ਏ ਅਲ ਹਸਨੋ ਇੱਧਰ ਵੇਖੀ ਅਲ ਹਸਨੋ ਵਲ ਹੁਸੈਨੋ ਸੈਯਦਾ ਸ਼ਬਾਬ ਅਹਲਿਲ ਜੰਨਾ ਫਰਮਾਇਆ ਲੋਗੋ ਮੇਰਾ ਹਸਨ ਤੇ ਹੁਸੈਨ ਜੰਨਤੀ ਨੌਜਵਾਨਾਂ ਦੇ ਸਰਦਾਰ ਨੇ ਮੇਰਾ ਹਸਨ ਤੇ ਮੇਰਾ ਹੁਸੈਨ ਜੰਨਤੀ ਨੌਜਵਾਨਾਂ ਦੇ ਕੀ ਨੇ ਬੋਲੋ ਕੀ ਨੇ ਸਰਦਾਰ। ਮੈਨੂੰ ਇੱਕ ਮੌਲਵੀ ਆਖਣ ਲੱਗਾ ਆਂਦਾ ਸੁਲਤਾਨੀ ਇਹ ਜੰਨਤੀ ਨੌਜਵਾਨਾਂ ਦੇ ਸਰਦਾਰ ਨੇ ਮੈਂ ਆਖਿਆ ਆਹੋ ਇੱਧਰ ਵੇਖਿਓ ਆਂਦਾ ਮੈਂ ਨਹੀਂ ਮੰਨਦਾ ਮੈਂ ਆਖਿਆ ਕਿਉਂ ਆਂਦਾ ਨਹੀਂ ਜੀ ਰਵਾਇਤ ਨਹੀਂ ਠੀਕ ਮੈਂ ਆਖਿਆ ਪੁੱਤਰ ਰਵਾਇਤ ਨਹੀਂ ਠੀਕ ਤੇ ਰਾਬਾ ਨਹੀਂ ਠੀਕ ਹੈ ਜਿਹੜਾ ਹੁਸੈਨ ਨੂੰ ਨਾ ਮੰਨੇ ਬਾਬਾ ਜੀ ਜਿਹੜਾ ਹੁਸੈਨ ਨੂੰ ਜੰਨਤ ਦਾ ਸਰਦਾਰ ਨਾ ਮੰਨੇ ਕਿਬਲਾ ਉਹਦੇ ਇਮਾਨ ਵਿੱਚ ਫਰਕ ਹੈ ਉਹਦੀ ਨਸਲ ਵਿੱਚ ਫਰਕ ਹੈ ਕਿਉਂ
ਜੇ ਮੈਂ ਐਲਾਨ ਕੀਤਾ ਹੁੰਦਾ ਤਾਂ ਮੇਰੀ ਗੱਲ ਝੂਠੀ ਹੋ ਸਕਦੀ ਸੀ, ਜੇ ਕਿਬਲਾ ਲਾਮਾ ਸਾਹਿਬ ਐਲਾਨ ਕਰਨ ਇਹਨਾਂ ਦੀ ਗੱਲ ਝੂਠੀ ਹੋ ਸਕਦੀ ਹੈ, ਕੋਈ ਦੁਨੀਆਂ ਦਾ ਕਿਸੇ ਗੱਦੀ ਦਾ ਪੀਰ ਐਲਾਨ ਕਰੇ ਗੱਲ ਝੂਠੀ ਹੋ ਸਕਦੀ ਹੈ। ਮੈਨੂੰ ਇਮਾਨਦਾਰੀ ਨਾਲ ਦੱਸੋ ਗੁਜਰਾਂ ਵਾਲੇ ਆ ਲਿਆ, ਜ਼ਹਰਾ ਦੇ ਬਾਬੇ ਦੀ ਗੱਲ ਮਾਜ਼ ਅੱਲਾ ਉਹ ਸੱਚੀ ਹੈ, ਹੱਕ ਤੇ ਸੱਚ, ਕਿਉਂ ਮੇਰਾ ਨਬੀ ਜਦੋਂ ਬੋਲਿਆ ਆਪਣੀ ਮਰਜ਼ੀ ਨਾਲ ਨਹੀਂ ਬੋਲਿਆ, ਖੁਦਾ ਦੀ ਮਰਜ਼ੀ ਨਾਲ ਬੋਲਿਆ ਹੈ। ਕਿਹਦੀ ਮਰਜ਼ੀ ਨਾਲ ਬੋਲਿਆ? ਇੱਕ ਵਾਰੀ ਬੋਲਿਆ ਜੇ, ਕਿਹਦੀ ਮਰਜ਼ੀ ਨਾਲ? ਮੈਂ ਬਾਬਾ ਜੀ ਪਹਿਲਾ ਮੇਰਾ ਜਾਣ ਸੀ ਤੁਹਾਡੇ ਨਾਲ, ਵੈਸੇ ਗੁਜਰਾਂ ਵਾਲੇ ਜਿੱਥੇ ਵੀ ਅਸੀਂ ਆਏ ਹਾਂ ਬੜੇ ਸ਼ੌਕ ਵਾਲੇ ਲੋਕ ਸਾਨੂੰ ਮਿਲੇ ਨੇ, ਟੱਕਰੇ ਨੇ, ਔਰ ਬੜੀ ਮੁਹੱਬਤ ਵਾਲੇ ਟੱਕਰੇ ਨੇ। ਫਿਰ ਹੁਸੈਨ ਪਾਕ ਦਾ ਜ਼ਿਕਰ ਹੋਵੇ ਤੇ ਬੰਦੇ ਦੇ ਅੰਦਰੋਂ ਸੱਟ ਨਾ ਵਜੇ, ਬੰਦੇ ਦੇ ਅੰਦਰੋਂ ਦੁਨੀਆਂ ਨਾ ਹਿੱਲੇ, ਜਿਨ੍ਹਾਂ ਦੇ ਸਦਕੇ ਕਾਇਨਾਤ ਵੀ ਖਾਂਦੀ ਹੈ, ਜਿਨ੍ਹਾਂ ਦੇ ਸਦਕੇ ਕਾਇਨਾਤ ਵੀ ਪੀਂਦੀ ਹੈ। ਬਾਬਾ ਜੁਮਲੇ ਸੁਣਿਆ ਜੇ, ਕੌਣ? ਹੁਸੈਨ ਇਬਨ ਅਲੀ। ਜੁਮਲਾ ਸੁਣਨਾ ਹੀ, ਈਦ ਦਾ ਦਿਨ, ਕਿਹੜਾ ਦਿਨ? ਕਿਹੜਾ ਦਿਨ? ਗੁਜਰਾਂ ਵਾਲੇ ਵਾਲਿਆ ਜ਼ਰਾ ਤਵੱਜੋ ਫਰਮਾ, ਪੁੱਤਰ ਇਹਨੂੰ ਛੱਡ ਦੇ, ਅਜਾਲੀਆਂ ਉੱਤੇ ਕਰਦੇ ਜ਼ਰਾ, ਇੱਦਾਂ ਤਵੱਜੋ ਫਰਮਾਇਆ ਜੇ। ਹੁਸੈਨ ਇਬਨ ਅਲੀ, ਈਦ ਦਾ ਦਿਨ ਹੈ ਗੁਜਰਾਂ ਵਾਲੇ ਵਾਲਿਓ, ਪਿੰਡਰ ਸਾਹਿਬ, ਈਦ ਦਾ ਦਿਨ, ਖੁਸ਼ੀ ਦਾ ਦਿਨ, ਨਬੀ ਪਾਕ ਤਿਆਰ ਹੋ ਕੇ, ਮੇਰੇ ਵੱਲ ਜ਼ਰਾ ਗੌਰ ਕਰਨਾ ਹੀ, ਹਜ਼ੂਰ ਤਿਆਰ ਹੋ ਕੇ, ਜੁੱਪਾ ਮੁਬਾਰਕ ਪਹਿਨ ਕੇ, ਦਸਤਾਰ ਮੁਬਾਰਕ ਇਮਾਮਾ ਸ਼ਰੀਫ ਪਹਿਨ ਕੇ, ਕਮਲੀ ਵਾਲਾ ਆਪਣੇ ਹੁਜਰੇ 'ਚੋਂ ਨਿਕਲਿਆ। ਜੂੰ ਹੀ ਹਜ਼ੂਰ ਨਿਕਲੇ ਤੇ ਸਾਹਮਣੇ ਵੇਖਿਆ, ਹਸਨ ਵੀ ਖੜਾ ਹੈ, ਹੁਸੈਨ ਵੀ ਖੜਾ ਹੈ। ਆਏ ਜਿਹੜਾ ਖੜਾ, ਜਿਹੜਾ ਵੇਖ ਮਜਮਾ ਤੇਰਾ ਲੱਗ ਗਿਆ, ਅੱਲਾ ਦੀ ਇੱਜ਼ਤ ਦੀ ਕਸਮ ਹੈ, ਜਿੱਥੇ ਕੋਈ ਖੜਾ, ਜਿੱਥੇ ਬੈਠਾ, ਆਲਲ ਐਲਾਨ ਸੁਣੀ, ਮੇਰਾ ਆਉਣਾ ਕਬੂਲ, ਤੇਰੀ ਮਹਿਫਲ ਸਜਾਣਾ ਕਬੂਲ। ਜੇ ਜ਼ਹਰਾ ਦੇ ਪੁੱਤਰ ਦੀ ਨਜ਼ਰ ਪੈ ਗਈ, ਸਾਰੀ ਜ਼ਿੰਦਗੀ ਤੈਨੂੰ ਕਮੀ ਰਹਿ ਗਈ, ਮੇਰੇ ਗਿਰੇਬਾਨ ਤੂੰ ਫੜ ਲਈ। ਜੇ ਕਰਮ ਹੋ ਗਿਆ ਅੱਜ ਮਹਿਫਲ ਤੇ ਸਾਈਆਂ ਦਾ, ਜੇ ਸਜਦਾ ਦਾ ਕਰਮ ਹੋ ਗਿਆ, ਅੱਲਾ ਦੀ ਇੱਜ਼ਤ ਦੀ ਕਸਮ ਹੈ, ਇਹਦੇ ਦੁਸ਼ਮਣ ਨੂੰ ਖਾਲੀ ਨਹੀਂ ਜਾਣ ਦਿੰਦੇ, ਤੇ ਗੁਲਾਮ ਨੂੰ ਕਿਵੇਂ ਖਾਲੀ ਤੋਰ ਛੱਡਣਗੇ। ਕਿਆ ਬਾਤ ਹੈ ਤੁਹਾਡੀ ਗੁਜਰਾਂ ਵਾਲੇ ਵਾਲਿਓ, ਜੁਮਲੇ ਸੁਣਿਓ। ਅੱਗੇ ਹਸਨ ਇਮਾਮੇ ਹੁਸੈਨ, ਨਾਨਾ ਜੀ ਪੁੱਤਰ ਕਿੱਥੇ ਜਾ ਰਹੇ ਹੋ? ਪੁੱਤਰ ਈਦ ਦੀ ਨਮਾਜ਼ ਪੜ੍ਹਾਉਣ। ਨਾਨਾ ਅਸਾਂ ਵੀ ਜਾਣਾ। ਇੱਧਰ ਵੇਖਿਓ, ਇੱਕ ਮੁੰਡੇ ਤੇ ਇਮਾਮੇ ਹਸਨ ਨੇ, ਇੱਕ ਮੁੰਡੇ ਤੇ ਇਮਾਮੇ ਹੁਸੈਨ ਨੇ। ਕੈਸਾ ਮੰਜ਼ਰ ਹੈ ਬਾਬਾ ਜੀ, ਜਿਹੜਾ 125,000 ਨਬੀਆਂ ਦਾ ਇਮਾਮ ਹੈ, ਜਿਹੜਾ 125,000 ਨਬੀਆਂ ਦਾ ਬੋਲੇਗਾ, ਉਹ ਹੀ ਜਿਹੜਾ ਲੰਗਰੇ ਹੁਸੈਨੀ ਖਾਣ ਵਾਲਾ ਦੂਸਰਾ ਬੰਦਾ, 125,000 ਨਬੀਆਂ ਦਾ ਇਮਾਮ, ਇੱਕ ਪਾਸੇ ਇਮਾਮੇ ਹਸਨ, ਇੱਕ ਪਾਸੇ ਇਮਾਮੇ ਹੁਸੈਨ। ਆਹ ਗੁਜਰਾਂ ਵਾਲੇ ਦੀ ਸਰਜ਼ਮੀਨ ਵਾਲਿਆ, ਜੇ ਜੁਮਲਾ ਤੇ ਰਸੀਨੇ ਤੇ ਵਜ੍ਹਾ ਤੇ ਗੱਲ ਕਰੀ, ਜਦੋਂ ਦੋਵਾਂ ਸ਼ਹਿਜ਼ਾਦਿਆਂ ਨੂੰ ਉਠਾਇਆ, ਉਠਾ ਕੇ ਮਦੀਨੇ ਦੀ ਗਲੀ ਹੈ, ਮੈਂ ਨਾ ਮਦੀਨੇ ਦੀ ਗਲੀ ਹੈ, ਹੋਏ ਗਲੀ ਵੀ ਅੱਲ ਹੈ, ਗਲੀ ਵੀ ਅੱਲ ਹੈ, ਹਵਾ ਵੀ ਅੱਲ ਹੈ, ਫਜ਼ਾ ਵੀ ਅੱਲ ਹੈ, ਗਲੀ ਵੀ ਅੱਲ ਹੈ, ਹਵਾ ਵੀ ਅੱਲ ਹੈ, ਫਜ਼ਾ ਵੀ ਅੱਲ ਹੈ। ਜਦੋਂ ਹਜ਼ੂਰ ਨੇ ਦੋਵਾਂ ਸ਼ਹਿਜ਼ਾਦਿਆਂ ਨੂੰ ਚੁੱਕਿਆ, ਬਾਬਾ ਜੀ ਮੇਰਾ ਇਮਾਨ ਆਉਂਦਾ ਜਦੋਂ ਨਬੀ ਦੋਵਾਂ ਸ਼ਹਿਜ਼ਾਦਿਆਂ ਨੇ ਉਠਾ ਕੇ ਮਦੀਨੇ ਦੀਆਂ ਗਲੀਆਂ 'ਚ ਨਬੀ ਤੁਰੀ ਆਉਣਾ ਹੈ, ਹਜ਼ੂਰ ਤੁਰਦੇ ਜਾ ਰਹੇ ਨੇ, ਹਸਨ ਨਾਨੇ ਦੀਆਂ ਕੰਧਿਆਂ ਤੇ ਸਵਾਰ, ਹੁਸੈਨ ਨਾਨੇ ਦੀਆਂ ਕੰਧਿਆਂ ਤੇ ਸਵਾਰ, ਹੋਏ ਮੇਰੇ ਇਮਾਮ ਨਾਲ ਪਿਆਰ ਕਰਨ ਵਾਲਿਆ, ਹਜ਼ਰਾ ਜੁਮਲੇ ਜ਼ਾਇਆ ਨਾ ਕਰਿਆ ਰੇ, ਮੇਰੇ ਨਬੀ ਸ਼ਹਿਜ਼ਾਦਿਆਂ ਨੇ ਉਠਾ ਕੇ ਤੁਰੀ ਜਾ ਰਹੇ ਨੇ, ਤੁਰੀ ਜਾ ਰਹੇ ਨੇ, ਸਾਹਮਣੇ ਵੇਖਿਆ ਹੈ ਹਜ਼ਰਤ ਅਬੂ ਬਕਰ ਸਦੀਕ ਆ ਰਹੇ ਨੇ। ਜਦੋਂ ਜਨਾਬੇ ਸਦੀਕੇ ਅਕਬਰ ਆਏ ਨੇ, ਜੁਮਲਾ ਸੁਣੀ, ਸਦੀਕੇ ਅਖਬਾਰ ਆਏ ਨੇ, ਕਦੀ ਸਵਾਰੀ ਵੱਲ ਵੇਂਦੇ ਨੇ, ਕਦੀ ਸਵਾਰਾਂ ਵੱਲ ਵੇਂਦੇ ਨੇ, ਆ ਜੁਮਲਾ ਜ਼ਾਇਆ ਨਾ ਕਰੀ, ਕਦੀ ਸਵਾਰਾਂ ਵੱਲ ਵੇਂਦੇ ਨੇ, ਕਦੀ ਸਵਾਰੀ ਵੱਲ ਵੇਂਦੇ ਨੇ, ਹੱਥ ਬਣ ਕੇ ਆਉਂਦੇ ਨੇ ਕਮਲੀ ਵਾਲਿਆ, ਸਵਾਰੀ ਕਿੱਡੀ ਸੋਹਣੀ ਹੈ।
ਸਵਾਰੀ ਕਿੱਡੀ ਸੋਹਣੀ ਹੈ, ਜੁਮਲਾ ਸੁਣ ਕੇ ਬੋਲ ਰਹੀ, ਸਵਾਰੀ ਕਿੱਡੀ ਆਲਾ ਹੈ, ਸਵਾਰੀ ਕਿੱਡੀ ਹਸੀਨ ਹੈ, ਸਵਾਰੀ ਕਿਵੇਂ ਨਾ ਸੋਹਣੀ ਹੋਵੇ, ਜਿਹੜਾ ਆਦਮ ਨਬੀ ਦਾ ਵੀ ਇਮਾਮ ਬਣ ਕੇ ਆਇਆ ਹੈ, ਜਿਹੜਾ ਨੂਹ ਨਬੀ ਦਾ ਵੀ ਇਮਾਮ ਬਣ ਕੇ ਆਇਆ ਹੈ, ਜਿਹੜਾ ਸ਼ੀਸ ਨਬੀ ਦਾ ਵੀ ਇਮਾਮ ਬਣ ਕੇ ਆਇਆ ਹੈ, ਜਿਹੜਾ ਮੂਸਾ ਦਾ ਵੀ ਇਮਾਮ ਹੈ, ਜਿਹੜਾ ਈਸਾ ਦਾ ਵੀ ਇਮਾਮ ਹੈ। ਅੱਜ ਸਵਾਰੀ ਬੜੀ ਸੋਹਣੀ ਹੈ, ਸੁਣੀ ਸੁਣੀ, ਅੱਜ ਸਵਾਰੀ ਬੜੀ ਆਲਾ ਹੈ, ਅੱਜ ਸਵਾਰੀ ਬੜੀ ਸੋਹਣੀ ਹੈ। ਅਬੂ ਬਕਰ ਆਂਦੇ ਨੇ ਕਮਲੀ ਵਾਲਿਆ, ਅੱਜ ਸਵਾਰੀ ਦੀ ਹੱਦ ਮੁੱਕ ਗਈ ਹੈ, ਅੱਜ ਸਵਾਰੀ ਦੀ ਹੱਦ ਮੁੱਕ ਗਈ ਹੈ। ਇੱਥੇ ਜੁਮਲਾ ਸੁਣਨਾ ਹੀ ਮੇਰਾ, ਜਨਾਬੇ ਮੁਸਤਫਾ ਆਂਦੇ ਨੇ, ਅਬੂ ਬਕਰ ਤੂੰ ਸਵਾਰੀ ਵੱਲ ਵੇਖ ਰਿਹਾ ਹੈ, ਉੱਤੇ ਬਹਿਣ ਵਾਲੇ ਸਵਾਰ ਵੇ ਉਹ ਵੀ ਬੜੇ ਹੀ ਸੋਹਣੇ ਨੇ, ਸਵਾਰਾ ਇੱਧਰ ਵੇਖੀ, ਸਵਾਰ ਵੀ ਸੋਹਣੇ ਨੇ, ਜੇ ਜ਼ਿਕਰੇ ਹੁਸੈਨ ਸਜਾਇਆ ਹੀ, ਸਵਾਰ ਵੀ ਸੋਹਣੇ ਨੇ, ਸਵਾਰ ਵੀ ਸੋਹਣੇ ਨੇ, ਹਸਨ ਵੀ ਸੋਹਣਾ ਏ, ਹੁਸੈਨ ਵੀ ਸੋਹਣਾ, ਜਿਹੜਾ ਮਨ ਦਾ ਹੱਥ ਬੁਲੰਦ ਕਰਕੇ, ਹਸਨ ਵੀ ਸੋਹਣਾ ਜੇ ਹੁਸੈਨ ਵੀ, ਸੁਣੀ ਸੁਣੀ ਸੁਣੀ, ਹਸਨ ਵੀ ਸੋਹਣਾ ਏ, ਹੁਸੈਨ ਵੀ ਸੋਹਣਾ ਏ, ਹਸਨ ਵੀ ਸੋਹਣਾ ਏ, ਹੈ ਵੱਡਾ ਵੀ ਸੋਹਣਾ ਏ, ਛੋਟਾ ਵੀ ਸੋਹਣਾ ਏ। ਅਬੂ ਬਕਰ ਕਦੀ ਸਵਾਰੀ ਵੱਲ ਇੱਧਰ ਵੇਖਣੇ ਗੁਜਰਾਲੇ ਵਾਲਿਆ, ਹੈ ਅਬੂ ਬਕਰ ਕਦੀ ਸਵਾਰੀ ਵੱਲ ਵੇਂਦੇ ਨੇ, ਕਦੀ ਹਸਨ ਵੱਲ ਵੇਂਦੇ ਨੇ, ਕਦੀ ਹੁਸੈਨ ਵੱਲ ਵੇਂਦੇ ਨੇ, ਕਦੀ ਸਵਾਰੀ ਵੱਲ ਵੇਂਦੇ ਨੇ, ਕਦੀ ਸਵਾਰ ਵੱਲ ਵੇਂਦੇ ਨੇ। ਇੱਧਰ ਹੁਣ ਵੇਖਣਾ ਹੀ ਇੱਕ ਮਿੰਟ, ਸਵਾਰੀ ਵੱਲ ਵੇਖ, ਕਦੀ ਸਵਾਰਾਂ ਵੱਲ ਵੇਖ, ਫਿਰ ਮੇਰਾ ਇਮਾਨ ਆਉਂਦਾ ਏ, ਇਹ ਵੀ ਆਉਂਦੇ ਹੋਣੇ ਨੇ, ਹੱਦ ਮੁੱਕ ਗਈ ਆਏ ਹਾਏ, ਜਿਹਦਾ ਹੱਥ ਬੁਲਾਉਂਦੇ ਅੱਲਾ ਤੈਨੂੰ ਕਰਬਲਾ ਲੈ ਜਾਏ, ਅੱਲਾ ਤੈਨੂੰ ਹੁਸੈਨ ਪਾਕ ਦੇ ਰੋਜ਼ੇ ਤੇ ਲੈ ਲਏ, ਉੱਥੇ ਜਾ ਕੇ ਵੀ ਆਖਾਂਗੇ ਹੱਦ ਮੁੱਕ ਗਈ, ਹਾਂ ਹਾਂ ਹੱਦ ਮੁੱਕ ਗਈ, ਬੁਲੰਦੀਆਂ ਦੀ ਹੱਦ ਮੁੱਕ ਗਈ ਸੈਯਦਾ ਤੇ, ਉਹ ਪਿਛਲੇ ਹੱਥ ਬੁਲੰਦ ਕਰਕੇ ਨਾਰਾ ਹਾਦਰ, ਨਾਰਾ ਹਾਦਰ, ਨਾਰਾ ਹਾਦਰ, ਹੱਦ ਮੁੱਕ ਗਈ ਬੁਲੰਦੀਆਂ ਦੀ, ਹੱਦ ਮੁੱਕ ਗਈ ਸੈਯਦਾ ਤੇ, ਹੱਦ ਮੁੱਕ ਗਈ ਬੁਲੰਦੀਆਂ ਦੀ, ਹੱਦ ਮੁੱਕ ਗਈ ਸੈਯਦਾ ਤੇ। ਮੇਰੇ ਨਬੀ ਨੇ ਫਰਮਾਇਆ ਸਵਾਰੀ ਸੋਹਣੀ ਏ, ਉੱਤੇ ਬਹਿਣ ਵਾਲਾ ਹਸਨ ਵੀ ਸੋਹਣਾ ਏ, ਉੱਤੇ ਬਹਿਣ ਵਾਲਾ ਹੁਸੈਨ ਵੀ ਸੋਹਣਾ ਏ, ਫਿਰ ਮੈਨੂੰ ਕਹਿ ਲੈਣ ਦਿਓ, ਜਿਨ੍ਹਾਂ ਨਾ ਸੋਹਣਾ ਏ, ਜਿਨ੍ਹਾਂਨੇ ਦੀ ਮਿਸਾਲ ਕੋਈ ਨਹੀਂ, ਫਿਰ ਨਵਾਸੀਆਂ ਦੀ ਵੀ ਮਿਸਾਲ ਕੋਈ ਨਹੀਂ। ਜੇ ਨਵਾਸੇ ਜੇ ਨਾਨਾ ਸੋਹਣਾ ਤੇ ਨਵਾਸਾ ਵੀ ਬੋਲੋ ਸੋਹਣਾ, ਇਹ ਸਾਡਾ ਇਮਾਨ ਹੈ। ਗੁਜਰਾਂ ਵਾਲੇ ਵਾਲਿਆ, ਅੱਜ ਕਿਸੇ ਨੂੰ ਕੋਈ ਗੁੜਤੀ ਉਹਦਾ ਨਾਨਾ ਦੇਵੇ, ਕਿਸੇ ਨੂੰ ਕੋਈ ਗੁੜਤੀ ਉਹਦਾ ਪੀਰ ਦੇਵੇ, ਕਿਸੇ ਨੂੰ ਕੋਈ ਗੁੜਤੀ ਉਹਦੇ ਘਰ ਦਾ ਬਜ਼ੁਰਗ ਦੇਵੇ, ਤੇ ਲੋਕ ਆਉਂਦੇ ਨੇ ਬੜਾ ਹੀ ਚੰਗਾ। ਕੀ ਆਉਂਦੇ ਨੇ? ਬੜਾ ਹੀ ਚੰਗਾ, ਇਹਨੂੰ ਗੁੜਤੀ ਚੰਗੇ ਬੰਦੇ ਨੇ ਦਿੱਤੀ ਏ, ਇਹਨੂੰ ਗੁੜਤੀ ਆਲਾ ਬੰਦੇ ਨੇ ਦਿੱਸੀ ਏ। ਮੈਨੂੰ ਇਮਾਨਦਾਰੀ ਨਾਲ ਦੱਸੋ ਗੁਜਰਾਂ ਵਾਲੇ ਵਾਲਿਓ, ਜਿਹਨੂੰ ਗੁੜਤੀ ਮੁਹੱਲੇ ਦਾ ਇਮਾਮ ਦੇਵੇ, ਜਿਹਨੂੰ ਗੁੜਤੀ ਪੀਰ ਦੇਵੇ, ਉਹ ਤੇ ਸੋਹਣਾ ਹੁੰਦਾ, ਤੇ ਜਿਹਨੂੰ ਗੁੜਤੀ ਮੁਹੰਮਦ ਮੁਸਤਫਾ ਦੇਵੇ, ਕਿਆ ਬਾਤ ਹੈ, ਜਿਹਦਾ ਹੱਥ ਬੁਲੰਦ ਹੋਏ ਅੱਲਾ ਕਿਸੇ ਕਮੀਨੇ ਦਾ ਮੁਹਤਾਜ ਨਾ ਕਰੇ।
ਇੱਕ ਵਾਰੀ ਉੱਚੀ ਹੱਥ ਬੁਲੰਦ ਕਰਕੇ ਬੋਲ ਸੁਭਾਨ ਅੱਲਾਹ। ਬਾਬਾ ਜੀ ਤਵੱਜੋ, ਕੌਣ ਹੁਸੈਨ ਇਬਨ ਅਲੀ? ਮੇਰਾ ਦਿਲ ਹੈ ਕਿ ਮੈਂ ਤੁਹਾਨੂੰ ਸੁਣਾਵਾਂ ਕਿ ਰਵਾਨਗੀ ਹੈ ਕਰਬਲਾ। ਸੁਣਾ ਦਿਆਂ, ਸੁਣੋਗੇ? ਕਿਆ ਬਾਤ ਹੈ! ਅੱਲਾਹ ਤੁਹਾਨੂੰ ਸਲਾਮਤ ਰੱਖੇ, ਸੋਹਣੀ ਮਹਿਫਲ ਲੱਗ ਗਈ, ਸੋਹਣੇ ਲੋਕ ਬੈਠੇ ਹੋ। ਜ਼ਿੰਦਗੀ ਦਾ ਕੀ ਪਤਾ ਹੀ ਅੱਗੋਂ ਮੇਲ ਆਉਣਾ ਕਿ ਨਹੀਂ ਆਉਣਾ, ਅੱਗੋਂ ਆਉਣਾ ਕਿ ਨਹੀਂ ਆਉਣਾ, ਪਰ ਜਾਂਦੀ ਵਾਰੀ ਸੁਣ ਜਾ। ਬਾਬਾ ਜਦੋਂ ਯਜ਼ੀਦ ਤਖਤ ਨਸ਼ੀਨ ਹੋਇਆ, ਯਜ਼ੀਦ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸਲਾਮ ਦੀਆਂ ਹੱਦਾਂ ਪਮਾਲ ਕਰਨੀਆਂ ਸ਼ੁਰੂ ਕੀਤੀਆਂ, ਫਿਰ ਮਦੀਨੇ 'ਚ ਇੱਕ ਹੀ ਜ਼ਹਰਾ ਦਾ ਬੱਚਾ ਸੀ ਜਿਹੜਾ ਉੱਠ ਕੇ ਖੜਾ ਹੋ ਗਿਆ, ਹੁਸੈਨ ਇਬਨ ਅਲੀ। ਉੱਠੇ, ਫਰਮਾਇਆ, ਨਹੀਂ ਕਮੀਨਿਆਂ, ਤੂੰ ਇਹ ਜ਼ੁਰਤ ਨਹੀਂ ਕਰਨੀ, ਤੂੰ ਸ਼ਰਾਬੀ ਏ, ਜ਼ਾਨੀ ਏ, ਕਬਾਬੀ ਏ, ਸ਼ਰਾਬ ਪੀ ਕੇ ਤੇ ਤੂੰ ਤਖ਼ਤ ਬਹਿ ਕੇ ਤੇ ਸ਼ਰੀਅਤ ਦੇ ਫੈਸਲੇ ਕਰੇ, ਇੰਜ ਨਹੀਂ ਹੋ ਸਕਦਾ। ਇੱਧਰ ਵੇਖਿਓ, ਮੈਨੂੰ ਇੱਕ ਬੰਦਾ ਕਹਿਣ ਲੱਗਾ, ਆਂਦਾ ਸੁਲਤਾਨੀ ਵੇਖ, ਇਮਾਮ ਹੁਸੈਨ ਹੀ ਕਿਉਂ ਉੱਠੇ ਸਨ? ਤਵੱਜੋ ਕਰਿਓ ਮੇਰੇ ਵੱਲ ਜ਼ਰਾ, ਇਮਾਮ ਹੁਸੈਨ ਹੀ ਕਿਉਂ ਕਰਬਲਾ ਗਏ? ਮੈਂ ਕਿਹਾ ਇੱਦਾਂ ਤਵੱਜੋ ਕਰ ਬਾਬਾ ਜੀ, ਘਰ ਦਾ ਨੁਕਸਾਨ ਹੁੰਦਾ ਹੋਵੇ ਨਾ ਤੇ ਘਰ ਵਾਲੇ ਬੋਲਦੇ ਨੇ ਕਿ ਬਾਹਰ ਵਾਲੇ ਬੋਲਦੇ ਨੇ? ਮੈਂ ਤੁਹਾਨੂੰ ਇਹ ਦਰਜੁਮਲੇ ਸੁਣਿਓ, ਸਿਆਲਕੋਟ ਇੱਕ ਲੜਾਈ ਹੋ ਗਈ, ਮੈਂ ਮਿਸਾਲ ਦੇਣਾ ਤੇ ਤੁਹਾਨੂੰ ਸਮਝ ਵਿੱਚ ਗੱਲ ਆ ਜਾਏਗੀ। ਲੜਾਈ ਹੋਣ ਡਈ ਹੈ ਤੇ ਸਾਰੇ ਬੰਦੇ ਖਲੋ ਕੇ ਨਾ ਲੜਾਈ ਵੇਖ ਰਹੇ ਨੇ, ਤਮਾਸ਼ਾ ਵੇਖ ਰਹੇ ਨੇ। ਗੱਲ ਜ਼ਰਾ ਅੰਦਰੂ ਸੁਣੀ ਤਾਂ ਅੱਜ ਕੁਝ ਲੈ ਕੇ ਜਾਏਗਾ, ਮਹਿਫਲ 'ਚ ਇੰਝ ਖਾਲੀ ਨਹੀਂ ਜਾ ਸਕਦਾ, ਕਰਬਲਾ ਦੇ ਸੈਯਦ ਦਾ ਸਦਕਾ ਖਾਲੀ ਨਹੀਂ ਜਾਏਗਾ ਜੇ ਤੂੰ ਇਨਸ਼ਾਅੱਲਾ ਅੰਦਰੂ ਗੱਲ ਲੈ ਗਿਆ। ਲੜਾਈ ਹੋ ਰਹੀ ਕਿਬਲਾ, ਸਾਰੇ ਲੜਾਈ ਪੇ ਵੇਖਣ, ਮੈਂ ਖੜਾ ਹੋ ਗਿਆ। ਉਹ ਮੈਂ ਕਿਹਾ ਯਾਰ ਲੜਾਈ ਛਡਾਓ, ਸਾਰੇ ਖਲੋ ਕੇ ਤਮਾਸ਼ਾ ਪੇ ਵਹਿੰਦੇ ਹੋ, ਸਾਰੇ ਖਲੋ ਕੇ ਤੁਸੀਂ ਇੰਝ ਪੇ ਵਹਿੰਦੇ ਹੋ। ਅਜੇ ਅੱਧਾ ਮਿੰਟ ਨਹੀਂ ਗੁਜ਼ਰਿਆ, ਦੋ ਬੰਦੇ ਮੋਟਰਸਾਈਕਲ 'ਤੇ ਆਏ, ਗੁਜਰਾਂ ਲਿਆ ਲਿਆ, ਉਹਨਾਂ ਆ ਕੇ ਨਾ ਲੜਾਈ ਛਡਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਯਾਰ ਛੱਡੋ, ਮਾਮਲਾ ਖਤਮ ਕਰੋ। ਮੈਂ ਬੜਾ ਹੈਰਾਨ ਹੋਇਆ ਵੀ ਜਿਹੜੇ ਹੁਣ ਦੋ ਬੰਦੇ ਆਏ ਨੇ ਨਾ ਲੜਾਈ ਛਡਾਈ ਹੈ, ਅਸੀਂ ਸਾਰੇ ਵਿਹਨੇ ਪਿਆ ਖਲੋ ਕੇ, ਵਜ੍ਹਾ ਕੀ ਹੈ? ਮੈਂ ਇੱਕ ਚਾਚੇ ਨੂੰ ਪੁੱਛਿਆ, ਇਹ ਜਿਵੇਂ ਬਜ਼ੁਰਗ ਮੇਰੇ ਬੈਠੇ ਨਾ ਚਿੱਟੀ ਦਾੜੀ ਵਾਲੇ, ਇਹ ਬਜ਼ੁਰਗ ਮਹਿਫਲ ਦੀ ਰੌਣਕ ਹੁੰਦੇ ਜੇ? ਬਜ਼ੁਰਗ ਮਹਿਫਲ ਦੀ, ਉਹ ਮੰਨਦੇ ਹੋ ਕਿ ਨਹੀਂ ਮੰਨਦੇ? ਹੁਣ ਜਿਹੜਾ ਅੱਬੇ ਨੂੰ ਨਹੀਂ ਮੰਨਦਾ ਉਹਨੂੰ ਕੀ ਲੱਗੇ ਬਜ਼ੁਰਗ ਕੀ ਹੁੰਦਾ ਅਤੇ ਕਿਉਂ ਫਲਾਣਾ ਕੀ ਹੁੰਦਾ? ਮੇਰੀ ਅੱਜ ਮੌਜੂ ਨਹੀਂ ਅੱਬੇ ਦੀ ਸ਼ਾਨ ਨਹੀਂ, ਤਾਂ ਮੈਂ ਤੁਹਾਨੂੰ ਦੱਸਦਾ ਵੀ ਅੱਬੇ ਦਾ ਸ਼ਾਨ ਅਤੇ ਮਕਾਮ ਯੂਟਿਊਬ 'ਤੇ ਸੁਣੀ ਤਾਂ ਤੁਹਾਨੂੰ ਪਤਾ ਲੱਗੇ। ਬਾਬਾ ਜੁਮਲੇ ਸੁਣਿਆ ਜੇ, ਅੱਜ ਜ਼ਿਕਰ ਹੁਸੈਨ ਹੈ, ਬਸ ਹੁਸੈਨ ਪਾਕ ਦੀ ਗੱਲ ਹੋਣੀ ਹੈ। ਤਵੱਜੋ ਫਰਮਾਇਆ ਜੇ, ਮੈਂ ਕਿਹਾ ਚਾਚਾ ਬਜ਼ੁਰਗੋ ਤੁਹਾਡੀ ਉਮਰ ਦਾ, ਮੈਂ ਕਿਹਾ ਚਾਚਾ ਇਹ ਲੜਾਈ ਛਡਾਉਣ ਵਾਲੇ ਕੌਣ ਨੇ? ਮੈਨੂੰ ਕਹਿਣ ਲੱਗਾ, ਮੌਲਵੀ ਜੀ ਪਤਾ ਕੀ ਗੱਲ ਹੈ, ਇਹ ਜਿਹੜੇ ਹੁਣ ਆਏ ਨੇ ਨਾ ਜਿਹਨਾਂ ਲੜਾਈ ਛਡਾਈ ਹੈ, ਇੱਧਰ ਵੇਖੇ ਮੇਰੇ ਵੱਲ, ਜਿਹੜੇ ਹੁਣ ਆਏ ਨੇ ਜਿਹਨਾਂ ਲੜਾਈ ਛਡਾਈ ਹੈ, ਇਹ ਨੇ ਘਰ ਵਾਲੇ। ਮੀਆਂ ਸਾਹਿਬ ਫਰਮਾਉਂਦੇ ਨੇ, ਦੁਖੀਏ ਦੀ ਗੱਲ ਦੁਖੀਆ ਜਾਣੇ ਤੇ ਸੁਖੀਏ ਨੂੰ ਕੀ ਖਬਰਾਂ। ਜਿਹਦਾ ਨੁਕਸਾਨ ਹੀ ਨਹੀਂ ਹੋਇਆ ਉਹਨੇ ਤਾਂ ਆਖਿਆ ਦੁਕਾਨ ਚਾ ਕੇ ਲੱਗ ਗਈ, ਉਹ ਆਂਦਾ ਕੋਈ ਗੱਲ ਨਹੀਂ, ਤੇ ਜਿਹਦੀ ਸੜੀ ਉਹਨੂੰ ਪੁੱਛਣਾ, ਜਿਹਦੀ ਸੜੀ ਉਹਨੂੰ ਪੁੱਛਣਾ, ਉਹ ਜਿਨ੍ਹਾਂ ਦੇ ਨਾਨੇ ਦੇ ਦੀਨ 'ਤੇ ਹਮਲਾ ਹੋਇਆ ਉਹ ਕਿਵੇਂ ਬਹਿ ਸਕਦੇ ਸਨ? ਉਹ ਹੁਸੈਨ ਇਬਨ ਅਲੀ ਕਿਵੇਂ ਠਹਿਰ ਸਕਦੇ ਸਨ? ਕਰਬਲਾ ਦੀ ਸਰਜ਼ਮੀਨ 'ਤੇ ਜਾਣ ਦੇ ਵਾਸਤੇ ਹੁਸੈਨ ਇਬਨ ਅਲੀ ਤਿਆਰ ਹੋਏ। ਹਜ਼ਰਾਤ ਜੁਮਲੇ ਸੁਣਿਆ ਜੇ, ਫਿਰ ਕੌਣ ਹੁਸੈਨ ਇਬਨ ਅਲੀ ਹੈ? ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਗਿਆ ਨਾ, ਜਿਹਨੂੰ ਨਾਨਾ ਮਦੀਨੇ ਦੀਆਂ ਗਲੀਆਂ 'ਚ ਲੈ ਕੇ ਟੁਰਦਾ ਰਿਹਾ, ਜਿਹਨੂੰ ਨਾਨਾ ਮੁਸਤਫਾ ਚੁੰਮਦਾ ਰਿਹਾ, ਜਿਹਨੂੰ ਨਾਨਾ ਮੁਸਤਫਾ ਗੋਹ 'ਚ ਖੜਾਉਂਦਾ ਰਿਹਾ, ਜਿਹਨੂੰ ਮੌਲਾ ਅਲੀ ਚੁੰਮਦੇ ਰਹੇ, ਜਿਹਨੂੰ ਜਨਾਬੇ ਜ਼ਹਰਾ ਕੁਰਾਨ ਦੀਆਂ ਲੋਹਰੀਆਂ ਦਿੰਦੀਆਂ ਰਹੀਆਂ, ਹੋਜੀ ਦੇ ਜੂਲੇ ਨੂੰ
ਜਬਰੀਲੇ ਅਮੀਨ ਜੋ ਲਾਂਦੇ ਰਹੇ ਨੇ ਉਹ ਹੁਸੈਨ ਇਬਨ ਅਲੀ ਹਜ਼ਰਤ ਜੁਮਲੇ ਸਮਾਜ ਫਰਮਾ ਰਹੇ ਹਜ਼ਰਤ ਮਦੀਨੇ ਦੀ ਤਿਆਰੀ ਹੋ ਗਈ ਹੈ ਮੇਰੇ ਇਮਾਮ ਨੇ ਤਿਆਰੀ ਫਰਮਾ ਲਈ ਹੈ ਫਰਮਾਇਆ ਗਾਜ਼ੀ ਆ ਬਹਾ ਸਾ ਜਾ ਆਓ ਗੁਜਰਾਂ ਵਾਲੇ ਦੀ ਸਰਜ਼ਮੀਨ ਵਿੱਚ ਬਹਿਣ ਵਾਲਿਆਂ ਜਦੋਂ ਗਾਜ਼ੀ ਆ ਬਹਾਸ ਵੀ ਆ ਗਏ ਨੇ ਇੱਧਰੋਂ ਜਨਾਬੇ ਜ਼ੈਨਬ ਵੀ ਆ ਗਈਆਂ ਨੇ ਇੱਧਰੋਂ ਜਨਾਬੇ ਅਲੀ ਅਕਬਰ ਵੀ ਆ ਗਏ ਨੇ ਆਓ ਮੇਰੇ ਇਮਾਮ ਨਾਲ ਪਿਆਰ ਕਰਨ ਵਾਲਿਆਂ ਆਓ ਆਲੇ ਨਬੀ ਦੀ ਮੁਹੱਬਤ ਚ ਰੋਣ ਵਾਲਿਆਂ ਮੇਰੇ ਇਮਾਮ ਨੇ ਫਰਮਾਇਆ ਗਾਜ਼ੀ ਆਬਾਸ ਜੀ ਆਕਾ ਹੁਸੈਨ ਹੁਕਮ ਫਰਮਾਇਆ ਰੇ ਫਰਮਾਇਆ ਸਵਾਰੀਆਂ ਤਿਆਰ ਹੋ ਗਈਆਂ ਨੇ ਜੀ ਆਕਾ ਹੁਸੈਨ ਤਿਆਰ ਹੋ ਗਈਆਂ ਨੇ ਅੱਜ ਤੇਰੀ ਅੱਖ ਦਾ ਅਥਰੋ ਡਿੱਗ ਪਿਆ ਸਮਝ ਸੁਲਤਾਨੀ ਦਾ ਬਿਆਨ ਕਬੂਲ ਹੋ ਗਿਆ ਸਮਝ ਜ਼ਿਕਰੇ ਹੁਸੈਨ ਦੀ ਮਹਿਫਲ ਕਬੂਲ ਹੋ ਗਈ ਜੀ ਆਗਾ ਹੁਸੈਨ ਤਿਆਰ ਹੋ ਗਈਆਂ ਨੇ ਫਰਮਾਇਆ ਜ਼ੈਨਬ ਤਿਆਰ ਹੋ ਗਈ ਹੈ ਜੀ ਆਗਾ ਹੁਸੈਨ ਤਿਆਰ ਹੋ ਗਈ ਹੈ ਇੱਧਰੋਂ ਅੱਧੀ ਰਾਤ ਦਾ ਵੇਲਾ ਹੋ ਗਿਆ ਹੈ ਮੇਰੇ ਇਮਾਮ ਨੇ ਹਮਸ਼ੀਰ ਜ਼ੈਨਬ ਨੂੰ ਬੁਲਾਇਆ ਵੇ ਫਰਮਾਇਆ ਨਹੀਂ ਹਮਸ਼ੀਰ ਸੁਬਾਹ ਤਿਆਰੀ ਹੋ ਜਾਣੀ ਹੈ ਸੁਬਾਹ ਹੁਸੈਨ ਮਦੀਨਾ ਛੱਡ ਦੇਵੇਗਾ ਸੁਬਾਹ ਹੁਸੈਨ ਨਾਨੇ ਦੀ ਨਗਰੀ ਛੱਡ ਦੇਵੇ ਆਓ ਮੇਰੇ ਇਮਾਮ ਦੇ ਗਮ ਵਿੱਚ ਰੋਣ ਵਾਲਿਆ ਅੱਧੀ ਰਾਤ ਦਾ ਵੇਲਾ ਹੋਇਆ ਵੇ ਮੇਰੇ ਇਮਾਮ ਨੇ ਹਮਸ਼ੀਰ ਨੂੰ ਨਾ ਲਿਆ ਆਪਣੀ ਅੰਮਾ ਜ਼ਹਰਾ ਵਾਲੀ ਚਾਦਰੇ ਤਦਹੀ ਰੋਣੀ ਹੈ ਫਰਮਾਇਆ ਨੀ ਜ਼ੈਨਬ ਚੱਲ ਅੱਜ ਜਾਂਦੀ ਵਾਰੀ ਅੱਜ ਮਾਂ ਦੀ ਕਬਰ ਨੂੰ ਸਲਾਮ ਕਹਿ ਜਾਈਏ ਹਜੀ ਅੰਮੀ ਨੂੰ ਆਖਰੀ ਸਲਾਮ ਕਹਿਣਾ ਹੋਏ ਮੇਰੇ ਇਮਾਮ ਦੀ ਮੁਹੱਬਤ ਚ ਖਲੋਣ ਵਾਲਿਆ ਹੇ ਮੇਰੇ ਇਮਾਮ ਦੀ ਮੁਹੱਬਤ ਚ ਬਹਿਣ ਵਾਲਿਆ ਹੇ ਤੋ ਵੀ ਭੈਣ ਭਰਾ ਜੰਨਤੁਲ ਬਕੀ ਡੁਰ ਮੇਰੇ ਇਮਾਮ ਨੇ ਮਾਂ ਦੀ ਕਬਰ ਨੂੰ ਜਫੇ ਮਾਰ ਲੈਣੇ ਹਰਜ਼ ਕੀਤੀ ਅੰਮਾ ਤੇਰਾ ਹੁਸੈਨ ਟੁਰ ਚੱਲਾ ਏ ਅੰਮਾ ਤੇਰੇ ਵਿਹੜੇ ਵਿੱਚ ਖੇਡਣ ਵਾਲਾ ਅੱਜ ਹੁਸੈਨ ਤੇਰਾ ਵਿਹੜਾ ਛੱਡ ਚੱਲਾ ਏ ਅੰਮਾ ਤੇਰੇ ਵੇਲੇ ਨੂੰ ਤਾਲੇ ਲੱਗ ਗਏ ਨੇ ਅੱਜ ਤੇਰੇ ਸੀਨੇ ਤੇ ਬਹਿਣ ਵਾਲਾ ਹੁਸੈਨ ਜਾ ਰਿਹਾ ਵੇ ਜਨਾਬੇ ਜ਼ੈਨਬ ਹੱਥ ਬੰਨ ਕੇ ਬਹਿ ਗਈਆਂ ਨੇ ਹਰਜ਼ ਕੀਤੀ ਅੰਮੀ ਜਾਣ ਇਜਾਜ਼ਤ ਫਰਮਾਇਆ ਰੇ ਹਜੇ ਅਸੀਂ ਮਦੀਨਾ ਛੱਡ ਕੇ ਜਾ ਰਹੇ ਹਾਂ ਹਜ ਮਦੀਨੇ ਦੇ ਵਾਰਸ ਮਦੀਨਾ ਛੱਡ ਕੇ ਜਾ ਰਹੇ ਨੇ ਹਜ ਮੁਹੰਮਦ ਮੁਸਤਫਾ ਦੀ ਆਲ ਜਾ ਰਹੇ ਹਜੇ ਅਲੀ ਦੇ ਸ਼ਹਿਜ਼ਾਦੇ ਜਾ ਰਹੇ ਨੇ ਆਓ ਮੁਸਲਮਾਨ ਭਾਈਓ ਜੁਮਲੇ ਸੁਣਿਆ ਰੇ ਦੋਵਾਂ ਸ਼ਹਿਜ਼ਾਦੇ ਤੇ ਸ਼ਹਿਜ਼ਾਦੇ ਨੇ ਮਾਂ ਦੀ ਕਬਰ ਦੇ ਸਾਹਮਣੇ ਹੱਥ ਬੰਨ ਲੈਣੇ ਹਰਜ਼ ਕੀਤੀ ਅੰਮੀ ਜਾਣ ਇਜਾਜ਼ਤ ਫਰਮਾਇਆ ਰੇ ਪਤਾ ਨਹੀਂ ਫਿਰ ਹੁਸੈਨ ਮਦੀਨੇ ਆਵੇ ਨਾ ਆਵੇ ਪਤਾ ਨਹੀਂ ਫਿਰ ਕਬਰ ਤੇ ਆਉਣਾ ਨਸੀਬ ਹੋਵੇ ਨਾ ਹੋਵੇ ਬਾਬਾ ਮੇਰਾ ਇਮਾਨ ਆਉਂਦਾ ਆਵੇ ਖਬਰੇ ਜ਼ਹਰਾ ਵਿੱਚੋਂ ਆਵਾਜ਼ ਆਈ ਹੋਣੀ ਜਾਂ ਮੇਰਿਆ ਸ਼ਹਿਜ਼ਾਦੇ ਆਈ ਅੱਲਾ ਦੇ ਹਵਾਲੇ ਜਾਂ ਆਪਣੇ ਨਾਨੇ ਦੇ ਦੀਨ ਨੂੰ ਬਚਾ ਲੈ ਜਾਂ ਆਪਣੇ ਨਾਨੇ ਦੇ ਕੁਰਾਨ ਨੂੰ ਬਚਾ ਲੈ ਜਾਂ ਮੇਰਿਆ ਪੁੱਤਰਾ ਅੱਜ ਦੀਨ ਇਸਲਾਮ ਨੂੰ ਹੁਸੈਨ ਦੀ ਲੋੜ ਪੈ ਗਈ ਆ ਅੱਜ ਦੀਨ ਇਸਲਾਮ ਨੂੰ ਅਲੀ ਅਕਬਰ ਦੀ ਲੋੜ ਪੈ ਗਈ ਆ ਹਜੇ ਉਹਨੂੰ ਮੁਹੰਮਦ ਦੀ ਲੋੜ ਪੈ ਗਈ ਹੈ ਹਜੇ ਗਾਜ਼ੀ ਅਬਾਸ ਦੀ ਲੋੜ ਪੈ ਗਈ ਆ ਹਜ਼ਰਾ ਜੁਮਲੇ ਸੁਣਿਓ ਮੁਹਰਮ ਦਾ ਮਹੀਨਾ ਜਾਰੀ ਆ ਹੋਏ ਰੋਣ ਵਾਲਿਆ ਜੁਮਲੇ ਸੁਣਿਆ ਰੇ ਇਹਨਾਂ ਸ਼ਹਿਜ਼ਾਦੀ ਤੇ ਸ਼ਹਿਜ਼ਾਦੇ ਮਾਂ ਨੂੰ ਆਖਰੀ ਸਲਾਮ ਆਖਿਆ ਹਰ ਰੋ ਕੇ ਕਹਿੰਦੇ ਨੇ ਲੈ ਅੰਮਾ ਹਵਾਲੇ ਰੱਬ ਦੇ ਚਾਰ ਆਏ ਹਾਏ ਰੋਣ ਵਾਲੀ ਓ ਲੈ ਅੰਮਾ ਹੇ ਲੈ ਅੰਮਾ ਹਵਾ ਲੈ ਰੱਬ ਦੇ ਮਿਲ
ਸਹਿਜ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਤੇ ਜਿਸ ਦਿਨ ਫੇਰ ਮਿਲਾਂਗੇ। ਮੇਰੇ ਇਮਾਮ ਨੇ ਆਖਰੀ ਸਲਾਮ ਆਖਿਆ ਏ, ਫਰਮਾਇਆ ਲਓ ਅੰਮੀ ਜੀ ਇਜਾਜ਼ਤ ਫਰਮਾਇਆ ਰੇ, ਅੱਜ ਤੁਹਾਡਾ ਸ਼ਹਿਜ਼ਾਦਾ ਮਦੀਨਾ ਛੱਡ ਕੇ ਜਾ ਰਿਹਾ ਵੇ। ਹਲਾਮਾ ਸਾਹਿਬ ਮਦੀਨਾ ਛੱਡਣਾ ਬੜਾ ਔਖਾ ਆਉਂਦਾ ਏ, ਅੱਜ 1500 ਸਾਲ ਗੁਜ਼ਰ ਗਏ ਨੇ, ਅੱਜ ਵੀ ਹਾਜੀ ਰੋਂਦੇ ਮਦੀਨਿਓ ਹੀ ਆਉਂਦੇ ਨੇ, ਅੱਜ ਵੀ ਨਮਾਜ਼ੀ ਰੋਂਦੇ ਮਦੀਨਿਓ ਹੀ ਆਉਂਦੇ ਨੇ। ਅੱਜ ਕਿਸੇ ਹਾਜੀ ਨੂੰ ਪੁੱਛਿਆ ਜੇ ਹਾਜੀ ਜੀ ਦੱਸੋ ਮਦੀਨਾ ਵੇਖ ਕੇ ਆਇਓ, ਤੁਸੀਂ ਨਬੀ ਦਾ ਰੋਜ਼ਾ ਵੇਖ ਕੇ ਆਇਓ, ਤੁਸੀਂ ਨਬੀ ਦੀਆਂ ਸੁਨਹਿਰੀ ਜਾਲੀਆਂ ਵੇਖ ਕੇ ਆਇਓ। ਹਜ਼ਰਾਤ ਸਾਰੇ ਰੋਂਦੇ ਨੇ, ਆਂਦੇ ਨੇ ਮੌਲਵੀ ਜੀ ਦੁਆ ਕਰਿਆ ਰੇ, ਇੱਕ ਵਾਰੀ ਮਦੀਨੇ ਜਾਣਾ ਨਸੀਬ ਹੋ ਜਾਏ, ਦੁਆ ਕਰਿਆ ਰੇ ਇੱਕ ਵਾਰੀ ਨਬੀ ਦੇ ਰੋਜ਼ੇ 'ਤੇ ਚਲੇ ਜਾਈਏ। ਹੋਏ ਅੱਜ ਵੀ ਮਦੀਨਾ ਛੱਡਣਾ ਬੜਾ ਔਖਾ ਏ, ਹੋਏ ਗੁਜਰਾਂ ਵਾਲੇ ਆਲਿਆ ਮੈਨੂੰ ਇਮਾਨਦਾਰੀ ਨਾ ਦੱਸਿਆ ਰੇ, ਹੋਏ ਅੱਜ ਮਦੀਨੂੰ ਮਦੀਨਾ ਛੱਡਣਾ ਔਖਾ ਹੋ ਗਿਆ ਏ, ਮੇਰੇ ਹੁਸੈਨ ਮਦੀਨਾ ਕਿਵੇਂ ਛੱਡਿਆ ਹੋਏਗਾ, ਜ਼ਹਰਾ ਦੇ ਬੱਚੜੇ ਨੇ ਮਦੀਨਾ ਕਿਵੇਂ ਛੱਡਿਆ ਹੋਏਗਾ, ਅਲੀ ਦੇ ਪੁੱਤਰ ਨੇ ਮਦੀਨਾ ਕਿਵੇਂ ਛੱਡਿਆ ਹੋਏਗਾ। ਇੱਧਰੋਂ ਤਹੱਜਦ ਦੀਆਂ ਅਜ਼ਾਨਾਂ ਦੇ ਵੇਲੇ ਹੋ ਰਹੇ ਨੇ, ਮੇਰੇ ਇਮਾਮ ਆਪਣੇ ਨਾਨੇ ਦੀ ਕਬਰ 'ਤੇ ਆ ਗਏ ਨੇ, ਮੇਰੇ ਇਮਾਮ ਨਾਨੇ ਰਸੂਲੁੱਲਾ ਦੇ ਰੋਜ਼ੇ 'ਤੇ ਆ ਗਏ ਨੇ। ਗੁਜਰਾਂ ਵਾਲੇ ਆਲਿਆ ਦਿਲ ਰੋਂਦਾ ਜੇ, ਅੱਖਾਂ ਤੜਫਦੀਆਂ ਜੇ, ਜ਼ਹਰਾ ਦਾ ਪੁੱਤਰ ਛੱਡ ਚੱਲਾ ਏ, ਅਲੀ ਦਾ ਸ਼ਹਿਜ਼ਾਦਾ ਮਦੀਨਾ ਛੱਡ ਚੱਲਾ ਜੇ। ਹੋਏ ਨਾਨੇ ਦੇ ਰੋਜ਼ੇ 'ਤੇ ਰੋਈ ਜਾ ਰਹੇ ਨੇ, ਇੱਧਰ ਵੇਖੀ ਆਪਣੇ ਨਾਨੇ ਦੇ ਰੋਜ਼ੇ 'ਤੇ ਰੋਈ ਜਾ ਰਹੇ ਨੇ, ਰੋ ਰੋ ਕੇ ਆਉਂਦੇ ਨੇ, ਲੈ ਨਾਨਾ ਹੁਸੈਨ ਟੁਰ ਚੱਲਾ, ਹਾਏ ਲੈ ਨਾਨਾ ਤੇਰੀ ਮਹਿਫਲ ਰੋ ਪਈ ਆਈ ਕਬੂਲੀਅਤ ਦੀ, ਹੇ ਲੈ ਨਾਨਾ ਜਿਹਨੇ ਮਹਿਫਲ ਸਜਾਈ ਏ ਤਵੱਜੋ ਕਰੀ, ਹੇ ਲੈ ਨਾਨਾ ਹੁਸੈਨ ਟੁਰ ਚੱਲਾ, ਅਸਾਂ ਮੁੜ ਕੇ ਫਿਰ ਨਹੀਂ ਆਉਣਾ, ਸ਼ਹਿਰ ਮਦੀਨਾ ਹੇ ਵਸ ਦਾ ਰਹਿਣਾ, ਤਵੱਜੋ ਸ਼ਹਿਰ ਮਦੀਨਾ ਹੇ ਵਸ ਦਾਰਣਾ, ਅਸਾਂ ਮੁੜ ਫੇਰਾ ਨਹੀਂ ਪਾਣਾ, ਸ਼ਹਿਰ ਮਦੀਨਾ ਨਾਨਾ ਜੀ ਹੁਸੈਨ ਚੱਲਾ ਜੇ, ਨਾਨਾ ਜੀ ਜਿਹਨੂੰ ਮਦੀਨੇ ਦੀਆਂ ਗਲੀਆਂ 'ਚ ਫਰਾਂਦੇ ਰਹੇ ਹੋ, ਹੈ ਜਿਹਨੂੰ ਲੋਰੀਆਂ ਦਿੰਦੇ ਰਹੇ ਹੋ, ਜਿਸ ਹੁਸੈਨ ਦਾ ਮੱਥਾ ਚੁੰਮਦੇ ਰਹੇ ਹੋ, ਜਿਸ ਹੁਸੈਨ ਦੇ ਹੱਥ ਚੁੰਮਦੇ ਰਹੇ ਹੋ, ਨਾਨਾ ਅੱਜ ਤੇਰੇ ਦੀਨ ਨੂੰ ਮੇਰੀ ਲੋੜ ਪੈ ਗਈ ਹੈ, ਅੱਜ ਸ਼ਰੀਅਤ ਨੂੰ ਹੁਸੈਨ ਦੀ ਲੋੜ ਪੈ ਗਈ ਆ। ਫਿਰ ਮੈਂ ਕੱਲ੍ਹ ਨੇੜੇ ਲੈ ਗਿਆ ਮਕਾਨ ਲਗਾ ਜੁਮਲੇ ਸੁਣਿਆ ਰੇ, ਫਿਰ ਮੇਰੇ ਇਮਾਮ ਦੀ ਤਿਆਰੀ ਹੋ ਗਈ ਹੈ, ਕਬਰੇ ਰਸੂਲ ਹੱਲੀ ਆਉਣੀ ਹੈ, ਫਿਰ ਹੁਸੈਨ ਤੁਰ ਚੱਲਾ ਹੈ, ਫਿਰ ਮੇਰਿਆ ਬੱਚਿਆ ਜਾ ਅੱਲਾ ਦੇ ਹਵਾਲੇ, ਹੁਸੈਨ ਤੇਰਾ ਜ਼ਿਕਰ ਕਿਆਮਤ
ਜ਼ਿਕਰ ਹੋਵੇਗਾ, ਜਿੱਥੇ ਨਬੀ ਦਾ ਜ਼ਿਕਰ ਹੋਵੇਗਾ ਨਾਲ ਹੁਸੈਨ ਦਾ ਜ਼ਿਕਰ ਹੋਵੇਗਾ, ਜਿੱਥੇ ਜ਼ਹਰਾ ਦਾ ਜ਼ਿਕਰ ਹੋਵੇਗਾ ਨਾਲ ਹੁਸੈਨ ਦਾ ਜ਼ਿਕਰ ਹੋਵੇਗਾ। ਬਾਬਾ ਜੀ ਫਜਰ ਦੀ ਨਮਾਜ਼ ਮਸਜਿਦ ਨਬਵੀ ਜੇ ਅਦਾ ਫਰਮਾਈਏ, ਫਿਰ ਇਮਾਮ ਨੇ ਫਰਮਾਇਆ ਗਾਜ਼ੀ ਸਵਾਰੀਆਂ ਤਿਆਰ ਕਰੋ, ਜੀਆ ਕਾ ਹੁਸੈਨ ਸਵਾਰੀਆਂ ਤਿਆਰ ਹੋ ਗਈਆਂ ਨੇ, ਮੇਰੀ ਸਕੀਨਾ ਤਿਆਰ ਹੋ ਗਈ ਹੈ, ਜੀਆ ਕਾ ਹੁਸੈਨ ਤਿਆਰ ਹੋ ਗਈ ਹੈ। ਫਰਮਾਇਆ ਚਲੋ ਜਲਦੀ ਨਾਲ ਸਮਾਨ ਤਿਆਰ ਕਰੋ, ਹਜ਼ਰਾ ਜੁਮਲੇ ਸਮਾਧ ਕਰ ਜਾਇਆ ਰੇ। ਇਧਰੋਂ ਮਦੀਨੇ ਦੇ ਬੱਚੇ ਰੋਂਦੇ ਰੋਂਦੇ ਆਕਾ ਹੁਸੈਨ ਦੀਆਂ ਸਵਾਰੀਆਂ ਦੇ ਸਾਹਮਣੇ ਆ ਗਏ ਨੇ। ਜ਼ਰਾ ਸੁਣੀ, ਆਕਾ ਹੁਸੈਨ ਦੀਆਂ ਸਵਾਰੀਆਂ ਦੇ ਸਾਹਮਣੇ ਫਿਰ ਰੋਂਦੇ ਨੇ, ਆਂਦੇ ਨੇ ਅਲੀ ਅਕਬਰ ਨਾ ਜਾਇਆ ਰੇ, ਹੋਏ ਅਬਾਸ ਨਾ ਜਾਇਆ ਜੇ, ਆਕਾ ਹੁਸੈਨ ਮਦੀਨਾ ਛੱਡ ਕੇ ਨਾ ਜਾਇਆ ਰੇ, ਆਕਾ ਹੁਸੈਨ ਤੁਹਾਡੇ ਨਾਲ ਮਦੀਨਾ ਵਸਦਾ ਹੈ, ਆਕਾ ਹੁਸੈਨ ਤੁਹਾਡੇ ਨਾਲ ਮਦੀਨੇ ਦੀ ਰੌਣਕ ਵਸਦੀ ਹੈ। ਅੱਜ ਵੀ ਜਦੋਂ ਨਬੀ ਦੀ ਯਾਦ ਆਉਂਦੀ ਹੈ ਅਸੀਂ ਹੁਸੈਨ ਦਾ ਚਿਹਰਾ ਵੇਖ ਲੈਂਦੇ ਹਾਂ, ਇੱਧਰ ਵੇਖੀ ਅਸੀਂ ਹੁਸੈਨ ਦੀ ਜ਼ਿਆਰਤ ਕਰ ਲੈਂਦੇ ਹਾਂ। ਆਕਾ ਹੁਸੈਨ ਮਦੀਨਾ ਛੱਡ ਕੇ ਨਾ ਜਾਇਆ ਰੇ, ਆਕਾ ਹੁਸੈਨ ਨਾਨੇ ਦੀ ਨਗਰੀ ਛੱਡ ਕੇ ਨਾ ਜਾਇਆ ਰੇ। ਰੱਬੇ ਕਾਬਾ ਦੀ ਕਸਮ ਗੁਜਰਾਂ ਵਾਲੇ ਆਲਿਆ ਹਲਲ ਐਲਾਨ ਸੁਲਤਾਨੀ ਕਹਿ ਰਿਹਾ ਹੈ, ਅੱਜ ਨਬੀ ਦੇ ਪੁੱਤਰ ਦੇ ਜ਼ਿਕਰ 'ਚ ਆਇਆ ਹੈ, ਅੱਜ ਜ਼ਹਰਾ ਦੇ ਬੱਚੇ ਦੇ ਜ਼ਿਕਰ 'ਚ ਆਇਆ ਵੇ, ਅੱਜ ਔਲਾਦੇ ਅਲੀ ਦੇ ਜ਼ਿਕਰ 'ਚ ਆਇਆ ਹੈ। ਮੇਰੇ ਇਮਾਮ ਨੇ ਫਰਮਾਇਆ ਮਦੀਨੇ ਵਾਲਿਓ, ਅਗਰ ਮੈਂ ਮਦੀਨਾ ਛੱਡ ਕੇ ਨਾ ਜਾਵਾਂ ਕੱਲ੍ਹ ਦੁਨੀਆ ਗੱਲਾਂ ਕਰੇਗੀ, ਹੇ ਹੁਸੈਨ ਗੂਫੇ ਨਹੀਂ ਆਏ, ਹੁਸੈਨ ਦੀਨ ਵਾਸਤੇ ਬੰਨੇ ਨਹੀਂ ਆਏ। ਫਰਮਾਇਆ ਨਾ ਨਾ, ਮੇਰੀ ਇੱਕੋ ਹੀ ਸ਼ਰਤ ਹੈ। ਮਦੀਨੇ ਵਾਲੇ ਕਹਿਣ ਲੱਗੇ, ਹੁਸੈਨ ਕਿਹੜੀ ਸ਼ਰਤ ਹੈ? ਇੱਧਰ ਜੁਮਲੇ ਸੁਣਿਓ ਜੀ, ਹੁਸੈਨ ਬਾਗ ਆਉਂਦੇ ਨੇ, ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਆਏ ਹਾਏ ਇਹੋ ਸ਼ਰਤ ਹੈ। ਹੱਥ ਬੁਲੰਦ ਕਰਕੇ ਇੱਕ ਵਾਰੀ ਹੁਸੈਨ ਦੇ ਨਾਂ ਦੇ, ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਨਾਨੇ ਦੀ ਸ਼ਾਨ ਰਹਿ ਜਾਏ, ਨਾਨੇ ਦੀ ਆਣ ਰਹਿ ਜਾਏ, ਲੁੱਟੀ ਜਾਏ ਭਵੇਂ ਚੌਂਕ ਹੁਸੈਨ। ਇੱਧਰ ਸੁਣੀ ਯਾਰ, ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਨਾਨੇ ਦੀ ਸ਼ਾਨ ਰਹਿ ਜਾਏ, ਨਾਨੇ ਦੀ ਆਣ ਰਹਿ ਜਾਏ, ਲੁੱਟੀ ਜਾਏ ਭਵੇਂ ਜੋ ਅੱਜ ਆਇਆ ਮੁਹੱਬਤ ਨਾ ਪੈਣੀ, ਲੁੱਟੀ ਜਾਏ ਭਵੇਂ ਚੌਂਕ ਹੁਸੈਨ ਦੇ ਅੱਜ, ਪਰ ਨਾਨੇ ਦਾ ਜ਼ਿੰਦਾ ਇਸਲਾਮ ਰਹਿ ਜਾਏ। ਮੇਰੇ ਇਮਾਮ ਨੇ ਤਿਆਰੀ ਫਰਮਾ ਲਈ ਹੈ, ਹੁਸੈਨ ਦੀਆਂ ਸਵਾਰੀਆਂ ਤਿਆਰ ਹੋ ਗਈਆਂ ਨੇ, ਅੱਜ ਜ਼ੈਨਬ ਵੀ ਰੋਂਦੀ ਹੈ, ਅੱਜ ਹੁਸੈਨ ਵੀ ਰੋਂਦਾ ਜੇ, ਅੱਜ ਮਦੀਨੇ ਦੀ ਜੁਦਾਈ ਵਿੱਚ ਬਹਿਣ ਦੇ ਬਿਰਾਬੇ ਰੋਂਦੇ ਨੇ। ਹਲਾਮਾ ਸਾਹ ਸਵਾਰੀਆਂ ਮੱਕੇ ਆ ਗਈਆਂ ਨੇ, ਇਧਰੋਂ ਹਾਜੀਆਂ ਨੇ ਅਹਰਾਮ ਬੰਨੇ ਹੋਏ ਨੇ, ਇਧਰੋਂ ਹਾਜੀ ਹੱਜ ਦੀਆਂ ਤਿਆਰੀਆਂ ਪੇ ਕਰਦੇ ਨੇ। ਮੇਰੇ ਇਮਾਮ ਨੇ ਫਰਮਾਇਆ ਅਬਾਸ ਜੀ ਆਗਾ ਹੁਸੈਨ ਹੁਕਮ ਕਰਿਆ ਰੇ, ਫਰਮਾਇਆ ਅਸਾਂ ਹੱਜ ਨਹੀਂ ਕਰਨਾ, ਆਪਣੇ ਅਹਰਾਮ ਖੋਲ ਦਿਓ। ਆਕਾ ਹੁਸੈਨ ਖੈਰ, ਫਰਮਾਇਆ ਯਜ਼ੀਦੀ ਖੰਜਰ ਛੁਪਾ ਕੇ ਮੱਕੇ ਆ ਗਏ ਨੇ, ਯਜ਼ੀਦੀ ਤਲਵਾਰਾਂ ਛੁਪਾ ਕੇ ਫਿਰਦੇ ਪਏ ਨੇ, ਅਸੀਂ ਅੱਲਾ ਦੇ ਘਰ ਦੀ ਬੇਹੁਰਮਤੀ ਨਹੀਂ ਆਉਣ ਦਿਆਂਗੇ। ਮੇਰੇ ਇਮਾਮ ਨੇ ਫਰਮਾਇਆ ਅਗਰ ਕਰਨਾ ਹੱਜ ਜੰਗ ਛਿੜ ਜਾਂਦੀ ਹੈ, ਅਗਰ ਕਰਨਾ ਹੱਜ ਜੰਗ ਛਿੜ ਜਾਂਦੀ ਹੈ, ਕਾਬੇ ਦਾ ਤਕੱਦਸ ਨਹੀਂ ਰਹਿੰਦਾ, ਹੇ ਹੁਸੈਨ ਤੁਰ ਚੱਲਾ ਹੱਜ ਹੁੰਦੇ ਰਹਿਣੇ, ਮੈਂ ਰੱਬ ਦਾ ਹੱਜ ਪਛਾਣ ਤੁਰ ਚੱਲਾ।
ਮੇਰੇ ਇਮਾਮ ਦੀਆਂ ਸਵਾਰੀਆਂ ਮੱਕੀ ਚੋਂ ਨਿਕਲ ਗਈਆਂ ਨੇ। ਹਜ਼ਰਾ ਟਾਈਮ ਥੋੜ੍ਹਾ, ਮੈਂ 12:30 ਡਸਕੇ ਪਹੁੰਚਣਾ, ਜੁਮਲੇ ਜ਼ਾਇਆ ਨਾ ਕਰਿਆ ਰੇ, ਮੈਂ ਲਗਾਤਾਰ ਤਕਦੀਰ ਸੁਣਾਈ ਜਾ ਰਿਹਾ ਵਾਂ। ਮੇਰੇ ਇਮਾਮ ਦੀਆਂ ਸਵਾਰੀਆਂ ਮਦੀਨੇ ਤੋਂ ਮੱਕੇ ਗਈਆਂ ਨੇ, ਮੱਕੇ ਚੋਂ ਕਰਬਲਾ ਦੀ ਤਰਫ ਰਵਾਨਾ ਹੋਈਆਂ ਨੇ। ਜਨਾਬੇ ਅਬਾਸ ਨਾਲ ਨੇ, ਹਜੇ ਕਰਬਲਾ ਮੇਰਾ ਹੁਸੈਨ ਨਹੀਂ ਆਇਆ। ਉਧਰੋਂ ਇਬਨੇ ਜ਼ਿਆਦ ਕਹਿਣ ਲਗਾ ਸ਼ਿਮਰ ਜਲਦੀ ਕਰ ਲੈ, ਹੁਸੈਨ ਆ ਰਿਹਾ ਹੈ। ਹਜ਼ਰਾ ਜੁਮਲੇ ਸੁਣਿਆ ਰੇ, ਜਦੋਂ ਮੇਰੇ ਇਮਾਮ ਦੀਆਂ ਸਵਾਰੀਆਂ ਜਾ ਰਹੀਆਂ ਨੇ, ਅੱਗੋਂ ਡਿਊਟੀ ਲੱਗ ਗਈ ਹੈ, ਹੁਰ ਦੀ ਡਿਊਟੀ ਲੱਗ ਗਈ ਹੈ। ਆਖਣ ਲੱਗਾ, ਹੁਰ ਤੂੰ ਹੁਸੈਨ ਦਾ ਰਸਤਾ ਡੱਕਣਾ ਹੈ, ਤੂੰ ਹੁਸੈਨ ਨੂੰ ਗੂਫੇ ਨਹੀਂ ਆਉਣ ਦੇਣਾ, ਤੂੰ ਹੁਸੈਨ ਨੂੰ ਗੂਫੇ ਦੇ ਸ਼ਹਿਰ ਨਹੀਂ ਆਉਣ ਦੇਣਾ। ਇੱਧਰੋਂ ਹੁਰ ਨੇ ਮੇਰੇ ਇਮਾਮ ਦੀਆਂ ਸਵਾਰੀਆਂ ਡੱਕ ਲਈਆਂ ਨੇ। ਮੁਸਲਮਾਨ ਬਾਈਆ, 2 ਮੁਹਰਮ ਨੂੰ ਲੱਗ ਗਏ ਨੇ, ਕਰਬਲਾ ਦੀ ਜ਼ਮੀਨ ਦੇ ਮੇਰੇ ਇਮਾਮ ਦੇ ਡੇਰੇ ਲੱਗ ਗਏ ਨੇ। ਮੈਂ ਉਸ ਬੰਦੇ ਨੂੰ ਮੋਮਨ ਨਹੀਂ ਸਮਝਦਾ, ਮੈਂ ਉਸ ਬੰਦੇ ਨੂੰ ਮੁਸਲਮਾਨ ਨਹੀਂ ਸਮਝਦਾ ਜਿਹੜਾ ਜ਼ਿਕਰੇ ਹੁਸੈਨ ਨਾਲ ਨਫ਼ਰਤ ਕਰੇ, ਜਿਹੜਾ ਆਲੇ ਨਬੀ ਨਾਲ ਨਫ਼ਰਤ ਕਰੇ। ਰੱਬੇ ਕਾਬਾ ਦੀ ਕਸਮ ਉਠਾ ਕੇ ਆਉਣਾ ਵਾਂ, ਹਾਂ ਆਲੇ ਨਬੀ ਦੇ ਗਮ ਵਿੱਚ ਰੋਣ ਵਾਲਿਆ। ਮੇਰੇ ਇਮਾਮ ਦੀਆਂ ਸਵਾਰੀਆਂ ਠਹਿਰ ਗਈਆਂ ਨੇ, 2 ਮੁਹਰਮ ਨੂੰ ਖੈਮੇ ਲੱਗ ਗਏ ਨੇ। ਰੱਬੇ ਕਾਬਾ ਦੀ ਕਸਮ ਉਠਾ ਕੇ ਆਉਣਾ ਵਾਂ, ਹਲਲ ਇਲਾਨ ਜੁਮਲੇ ਦੇ ਰਿਹਾ ਵਾਂ। ਜਦੋਂ ਕਰਬਲਾ ਦੀ ਜ਼ਮੀਨ ਦੇ ਖੈਮੇ ਲੱਗ ਗਏ ਨੇ, ਹੋਰ ਨੇ ਖੈਮੇ ਲਾ ਲਏ ਨੇ, ਹਾਲੇ ਨਬੀ ਨੇ ਖੈਮੇ ਲਾ ਲਏ ਨੇ, ਜ਼ਹਰਾ ਦੇ ਬੱਚਿਆਂ ਦੇ ਖੈਮੇ ਲੱਗ ਗਏ ਨੇ, ਜਨਾਬੇ ਸਯਦਾ ਜ਼ੈਨਬ ਦੇ ਖੈਮੇ ਲੱਗ ਗਏ ਨੇ। ਇੱਕੋ ਹੀ ਆਵਾਜ਼ ਆਉਂਦੀ ਹੈ, ਕਰਬਲਾ ਹੁਸੈਨ ਆਇਆ ਹੈ, ਹਾਏ ਹਾਏ ਕਰਬਲਾ ਹੁਸੈਨ ਆਇਆ ਹੈ। ਅੱਜ ਤੇਰੀ ਜ਼ਮੀਨ ਨੂੰ ਰੰਗੀਨ ਕਰਨ ਹੁਸੈਨ ਆਇਆ ਹੈ, ਅੱਜ ਤੇਰੀ ਜ਼ਮੀਨ ਨੂੰ ਫਜ਼ੀਲਤ ਦੇਣ ਹੁਸੈਨ ਆਇਆ ਹੈ। ਅਗਰ ਮੇਰਾ ਇਮਾਮ ਕਰਬਲਾ ਨਾ ਜਾਂਦਾ, ਅੱਜ ਕੋਈ ਵੀ ਕਰਬਲਾ ਦੀ ਮਿੱਟੀ ਨਾ ਜੁੰਮਦਾ, ਅੱਜ ਕੋਈ ਵੀ ਕਰਬਲਾ ਦੀ ਮਿੱਟੀ ਨੂੰ ਅੱਖਾਂ ਨਾਲ ਨਾ ਲਾਉਂਦਾ। ਮੈਂ ਕਿਹਾ ਲੱਖਾਂ ਮੁਬਾਰਕ ਹੋਵੇ, ਹਲਲ ਇਲਾਨ ਜੁਮਲੇ ਦੇ ਰਿਹਾ ਵਾਂ। ਇੱਧਰੋਂ 7 ਮੁਹਰਮ ਨੂੰ ਪਾਣੀ ਬੰਦ ਹੋ ਗਿਆ, ਹਾਲੇ ਨਬੀ ਤੇ ਪਾਣੀ ਬੰਦ ਹੋ ਗਿਆ ਜੇ। ਮੇਰੇ ਫਿਰਾਤ ਦੇ ਕਿਨਾਰੇ ਪਾਬੰਦੀਆਂ ਲੱਗ ਗਈਆਂ ਨੇ, ਮੇਰੇ ਫਿਰਾਤ ਦੇ ਕਿਨਾਰੇ ਯਜ਼ੀਦੀਆਂ ਦੇ ਦਸਤੇ ਲੱਗ ਗਏ ਨੇ। ਸ਼ਿਮਰ ਕਹਿਣ ਲੱਗਾ, ਪਾਣੀ ਹੁਸੈਨ ਤੱਕ ਨਹੀਂ ਜਾਏਗਾ, ਹੁਸੈਨ ਦਾ ਘਰਾਨਾ ਪਾਣੀ ਨਹੀਂ ਪੀਵੇਗਾ। ਮੈਨੂੰ ਇਮਾਨਦਾਰੀ ਨਾ ਦੱਸਿਆ ਰੇ, ਭਾਈ ਜਿਸ ਨਹਿਰ 'ਚ ਪਰਿੰਦੇ ਪਾਣੀ ਪੀਂਦੇ ਰਹੇ ਨੇ, ਜਿਸ ਨਹਿਰ 'ਚ ਜਾਨਵਰ ਪਾਣੀ ਪੀਂਦੇ ਰਹੇ ਨੇ, ਹੁਸੈਨ ਦੀ ਸਕੀਨਾ ਵਾਸਤੇ ਪਾਣੀ ਕੋਈ ਨਹੀਂ, ਅਲੀ ਅਸਗਰ ਵਾਸਤੇ ਪਾਣੀ ਕੋਈ ਨਹੀਂ, ਹੁਣ ਮੁਹੰਮਦ ਵਾਸਤੇ ਪਾਣੀ ਕੋਈ ਨਹੀਂ। ਹੋਏ ਆਲੇ ਨਬੀ ਦੀ ਮੁਹੱਬਤ 'ਚ ਖਲਾਉਣ ਵਾਲਿਆ ਬਹਿਣ ਵਾਲਿਆ, ਇੱਧਰੋਂ ਪਾਣੀ ਬੰਦ ਹੋ ਗਿਆ ਵੇ। ਇੱਧਰੋਂ ਮੇਰੇ ਇਮਾਮ ਕੁਰਾਨ ਦੀਆਂ ਤਿਲਾਵਤਾਂ ਕਰੀ ਜਾ ਰਹੇ ਨੇ, ਬਾਬਾ ਜੀ 10ਵੀਂ ਮੁਹਰਮ ਦਾ ਸੂਰਜ ਤਲੋਂ ਹੋ ਗਿਆ ਹੈ। ਮੇਰੇ ਇਮਾਮ ਨੇ ਫਰਮਾਇਆ, ਅਲੀ ਅਕਬਰ ਆ ਜਾ, ਜੀ ਆਕਾ ਹੁਸੈਨ ਹੁਕਮ ਹੋਵੇ। ਇੱਧਰ ਵੇਖਿਆ ਜੇ, ਫਰਮਾਇਆ ਫਜਰ ਦੀ ਅਜ਼ਾਨ ਦੇ ਦੇ, ਅੱਜ ਕਰਬਲਾ ਦੇ ਟਿੱਬੇ 'ਤੇ ਅਜ਼ਾਨ ਹੋ ਰਹੀ ਹੈ, ਅੱਜ ਹੁਸੈਨ ਦਾ ਬਾਬਾ, ਅੱਜ ਹੁਸੈਨ ਦਾ ਪੁੱਤਰ ਅਜ਼ਾਨ ਦੇ ਰਿਹਾ ਹੈ, ਅੱਜ ਸਕੀਨਾ ਦਾ ਵੀਰ ਅਜ਼ਾਨ ਦੇ ਰਿਹਾ ਹੈ। ਇੱਧਰੋਂ ਅੱਲਾਹੁ ਅਕਬਰ ਦੀਆਂ ਸਦਾਵਾਂ ਬੁਲੰਦ ਹੋਈਆਂ ਨੇ, ਇੱਧਰੋਂ ਖੈਮਿਆਂ 'ਚ ਮਜ਼ਦੂਰਾਂ ਦੇ ਰੋਣ ਦੀ ਆਵਾਜ਼ ਆਈ ਹੈ, ਇੱਧਰੋਂ ਸਕੀਨਾ ਵੀ ਰੋਂਦੀ ਹੈ, ਇੱਧਰੋਂ ਪੁੱਫੋ ਜ਼ੈਨਬੀਆਂ ਰੋਂਦੀਆਂ ਨੇ, ਸ਼ਹਿਰਬਾਨੋਂ ਰੋ ਰਹੀਆਂ ਨੇ, ਹੁੰਮੇ ਲੈਲਾ ਰੋ ਰਹੀਆਂ ਨੇ, ਹੁੰਮੇ ਕਲਸੂਮ ਰੋ ਰਹੀਆਂ ਨੇ। ਅੱਲਾ ਦੀ ਕਸਮੇ ਜੁਮਲੇ ਸੁਣਿਆ ਰੇ, ਮੈਂ ਤੇ ਉਹੀ ਗੱਲ ਕਰਕੇ ਆਉਣਾ ਵਾਂ, ਅਲੀ ਕਾ ਗਰ ਵੀ ਕਿਆ ਗਰ ਹੈ, ਆਏ ਹਾਏ ਹਾਏ ਇੱਧਰ ਵੇਖੇ, ਅਲੀ ਕਾ ਗਰ ਵੀ ਕਿਆ ਗਰ ਹੈ,
ਜਿਸ ਘਰ ਕਾ ਬੱਚਾ ਬੱਚਾ। ਅੱਜ ਸੁਣ ਜਾ ਕਰਬਲਾ ਸੁਣ ਜਾ, ਅਲੀ ਕਾ ਘਰ ਵੀ ਗਿਆ ਘਰ ਹੈ, ਜੇ ਕੋਈ ਪੜ ਗਿਆ ਤੇ ਮੈਨੂੰ ਮਿੰਬਰ ਤੋਂ ਥੱਲੇ ਲਾ ਲਈ। ਅਲੀ ਕਾ ਘਰ ਵੀ ਗਿਆ ਘਰ ਹੈ, ਜਿਸ ਘਰ ਕਾ ਬੱਚਾ ਬੱਚਾ। ਅਲੀ ਕਾ ਘਰ ਵੀ ਗਿਆ ਘਰ ਹੈ, ਜਿਸ ਘਰ ਕਾ ਬੱਚਾ ਬੱਚਾ। ਹਰੇ ਜਿਸੇ ਦੇਖੋ ਵਹੀ ਸ਼ੇਰੇ ਖੁਦਾ ਮਾਲੂਮ ਹੋਤਾ ਹੈ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਕਾਇਨਾਤ ਆ ਲਿਆ, ਇਹ ਘਰਾਨਾ ਹੀ ਐਡਾ ਲਜਪਾਲ ਹੈ ਕਿ ਨਹੀਂ ਹੈ? ਇਹ ਤੇਰੇ ਮਹਿਫਲ ਦੇ ਅਥਰੂ ਆ ਗਏ, ਨੌਜਵਾਨ ਰੋ ਪਏ, ਬਜ਼ੁਰਗ ਰੋ ਪਏ, ਬਾਬਾ ਤਕਰੀਰਾਂ ਕਰਨੀਆਂ ਸੌਖੀਆਂ ਨੇ, ਦਰਦ ਤੱਕ ਪਹੁੰਚਣਾ ਔਖਾ। ਜਦੋਂ ਕਰਬਲਾ ਦੀ ਜ਼ਮੀਨ 'ਤੇ ਪਾਣੀ ਬੰਦ ਹੋ ਗਿਆ, ਦਸਵੀਂ ਮੁਹਰਮ ਦਾ ਸੂਰਜ ਤਲੂ ਹੋ ਰਿਹਾ, ਮਜ਼ਾਕਰਾਤ ਹੋ ਰਹੇ ਨੇ ਮੇਰੇ ਇਮਾਮ ਦੇ ਨਾਲ, ਆਖਰੀ ਗੱਲ ਕਰ ਲਗਾ, ਜੁਮਲੇ ਜ਼ਾਇਆ ਨਾ ਕਰੀ। ਅਮਰ ਇਬਨ ਸਾਦ ਆਇਆ, ਕਹਿਣ ਲੱਗਾ ਹੁਸੈਨ ਆਖਰੀ ਦਿਨ ਨੇ, ਆਖਰੀ ਲਮਹੇ ਨੇ, ਗੱਲਾਂ ਦੋ ਨੇ, ਜੇ ਇੱਕ ਮੰਨ ਲਵੇਂਗਾ ਤਾਂ ਬੱਚੇ ਬਚ ਜਾਣਗੇ, ਕੁੰਬਾ ਬਚ ਜਾਏਗਾ, ਔਲਾਦ ਬਚ ਜਾਏਗੀ, ਪਨੇਵੇਂ ਬਚ ਜਾਣਗੇ। ਇਹ ਜਿੰਨੇ ਨੌਜਵਾਨ ਮੇਰੇ ਸਾਹਮਣੇ ਬੈਠੇ ਹੋ ਯਾਰ, ਇਸ ਦੂਰ ਖੜ੍ਹੇ ਹੋ, ਖੁਦਾ ਦੇ ਵਾਸਤੇ ਹੁਸੈਨ ਇਬਨ ਅਲੀ ਦਾ ਜ਼ਿਕਰ ਦੀ ਨੂੰ ਸੁਣ ਜਾਈ ਯਾਰ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਕਾਇਨਾਤ ਆਲਿਆ, ਜੁਮਲੇ ਵੱਡੇ ਦੇਣ ਲੱਗਾ। ਹੁਸੈਨ ਦੋ ਗੱਲਾਂ ਨੇ, ਇਮਾਮ ਹੁਸੈਨ ਫਰਮਾਉਂਦੇ ਨੇ ਕਿਹੜੀਆਂ? ਕਹਿਣ ਲੱਗਾ ਪਹਿਲੀ ਗੱਲ ਤਾਂ ਆਵੇ ਕਿ ਯਜ਼ੀਦ ਨੂੰ ਅਮੀਰ ਮੰਨੋ, ਅਤੇ ਇੱਥੇ ਖਲੋ ਕੇ ਆਖੋ ਕਿ ਮੈਂ ਯਜ਼ੀਦ ਦੀ ਬੈਤ ਕਰਨਾ, ਫੌਜਾਂ ਲੱਗੀਆਂ ਹਟਾ ਦਿਆਂਗੇ, ਫੌਜਾਂ ਲੱਗੀਆਂ ਹਟਾ ਦਿਆਂਗੇ, ਤੁਹਾਨੂੰ ਪ੍ਰੋਟੋਕੋਲ ਦੇ ਨਾਲ ਯਜ਼ੀਦ ਦੇ ਦਰਬਾਰ ਖੜਿਆ ਜਾਏਗਾ, ਪੌੜੇ ਪ੍ਰੋਟੋਕੋਲ ਦੇ ਨਾਲ ਹਕੂਮਤ ਆਖੋ ਕਿ ਦੇ ਦਿਆਂਗੇ, ਪੈਸਾ ਆਖੋ ਕਿ ਦੇ ਦਿਆਂਗੇ, ਜਿਹੜੀ ਚੀਜ਼ ਮੰਗੋਗੇ ਯਜ਼ੀਦ ਕੋਲ ਲੈ ਕੇ ਦੇ ਦਿਆਂਗੇ। ਇੱਧਰ ਤਵੱਜੋ ਫਰਮਾਇਆ ਜੇ, ਪਰ ਇੱਕ ਹੀ ਹੈ, ਯਜ਼ੀਦ ਦੀ ਬੈਤ ਕਰ ਲਓ। ਮੇਰੇ ਇਮਾਮ ਨੇ ਫਰਮਾਇਆ ਜੇ ਨਹੀਂ ਕਰਦਾ ਤਾਂ ਫੇਰ, ਤਵੱਜੋ ਕਰੀਏ, ਜ਼ਿੰਦਗੀ 'ਚ ਬਾਰ ਬਾਰ ਮੌਕੇ ਨਹੀਂ ਲੱਭਦੇ। ਅੱਜ ਤੈਨੂੰ ਕਰਬਲਾ ਵਾਲਿਆਂ ਨੇ ਕਬੂਲ ਕਰ ਲਿਆ ਤੇ ਤੂੰ ਇੱਥੇ ਬੈਠਾ ਤੇ ਖਲੋਤਾ, ਨਹੀਂ ਤੇ ਬੰਦੇ ਗਲੀ 'ਚ ਮੋਟਰਸਾਈਕਲ ਤੇ ਵੀ ਕੋਲੋਂ ਦੀ ਨੰਗੇ ਨੰਗੇ ਨੇ ਕਿ ਨਹੀਂ ਨੰਗੇ? ਉਹ ਜਿਹਨੂੰ ਸਾਈਂ ਬੁਲਾ ਲੈਂਦੇ ਨੇ ਉਹੀ ਖਲੋਂਦਾ ਹੈ, ਹੈ ਜਿਹਨੂੰ ਸਾਈਂ ਕਬੂਲ ਕਰਨ ਉਹ ਖਲੋਏ, ਸਾਡਾ ਜ਼ਿਕਰ ਪਿਆ ਕਿ ਨਕੰਮਾ ਮੌਲਵੀ ਪਿਆ ਕਰਦਾ ਹੀ। ਸੁਣ ਜਾ, ਕਸਮ ਖੁਦਾ ਦੀ ਖੁਸ਼ ਨਸੀਬ ਬੰਦਾ ਜਿਹੜਾ ਆਲੇ ਨਬੀ ਦੇ ਜ਼ਿਕਰ ਵਿੱਚ ਠਹਿਰ ਗਿਆ, ਜਿਹੜਾ ਜ਼ਿਕਰ ਹੁਸੈਨ ਵਿੱਚ ਬਹਿ ਗਿਆ, ਜਿਹੜਾ ਜ਼ਿਕਰ ਹੁਸੈਨ ਵਿੱਚ ਅਦਬ ਨਾਲ ਖੜਾ ਹੋ ਕੇ ਇੱਕ ਅੱਖ ਦਾ ਥਰੂ ਵਗਾ ਕੇ ਘਾਟ ਟੁਰ ਗਿਆ, ਤੇਰੀ ਬੀਵੀ ਪੁੱਛੇ, ਤੇਰੇ ਘਰ ਵਾਲੇ ਪੁੱਛਣ, ਰੋਇਆ ਹਾਏ ਹਾਏ ਹਾਏ, ਰੋ ਕੇ ਆਇਆ? ਆਖੀ ਹਾਂ। ਕਿਹਦੇ ਵਾਸਤੇ? ਆਖੀ ਮੈਂ ਮਾਲ ਵਾਸਤੇ ਨਹੀਂ ਰੋਇਆ, ਮੈਂ ਦੁਕਾਨ ਵਾਸਤੇ ਨਹੀਂ ਰੋਇਆ, ਮੈਂ ਔਲਾਦ ਵਾਸਤੇ ਨਹੀਂ ਰੋਇਆ, ਮੈਂ ਪੈਸੇ ਵਾਸਤੇ ਨਹੀਂ ਰੋਇਆ, ਤੈਨੂੰ ਪੁੱਛਣ ਕਿਉਂ ਰੋਇਆ? ਆਖੀ ਮੈਨੂੰ ਇੱਕ ਮੌਲਵੀ ਅੱਜ ਸੁਣਾ ਕੇ ਗਿਆ ਕਿ ਕਰਬਲਾ ਦੇ ਅੰਦਰ ਅਲੀ ਦਾ ਪੁੱਤਰ ਜ਼ਿਬਾ ਹੋ ਗਿਆ, ਕਰਬਲਾ ਦੇ ਅੰਦਰ ਆਲੇ ਨਬੀ 'ਤੇ ਪਾਣੀ ਬੰਦ ਹੋ ਗਿਆ, ਔਰ ਜ਼ੁਲਮ ਓ ਸਿਤਮ ਦੀ ਤਾਰੀਖ ਰਕਮ ਕਰ ਦਿੱਤੀ ਯਜ਼ੀਦੀਆਂ ਨੇ। ਮੈਂ ਤਾਂ ਉਸ ਪਾਕ ਹਸਤੀ ਦੇ ਗਮ ਵਿੱਚ ਰੋਇਆ, ਮੈਂ ਤਾਂ ਉਸ ਪਾਕ ਹਸਤੀ ਨੂੰ ਖਰਾਜ ਅਕੀਦਤ ਅੱਖਾਂ ਦੇ ਥਰੂ ਪੇਸ਼ ਕਰਕੇ ਆਇਆ। ਹਜ਼ਰਾਤ ਟਾਈਮ ਥੋੜ੍ਹਾ, ਗੱਲ ਜ਼ਰੂਰੀ ਹੈ, ਜੁਮਲੇ ਸੁਣਿਆ ਜੇ। ਮੇਰੇ ਇਮਾਮ ਦਸ ਮੁਹਰਮ, ਅਮਰ ਕਹਿਣ ਲੱਗਾ ਬੈਤ ਫਰਮਾਇਆ, ਬੈਤ ਨਹੀਂ ਆਉਣੀ, ਇੱਧਰ ਵੇਖਿਓ, ਬੈਤ ਬੈਤ ਨਹੀਂ ਆਉਣੀ, ਜੰਗ, ਮੈਂ ਜੰਗ ਵਾਸਤੇ ਤਿਆਰ ਹਾਂ,
ਆਏ ਹਾਏ ਹੁਸੈਨ ਪਾਕ ਦੇ ਨਾਂ ਤੇ ਬੋਲ ਸੁਬਹਾਨ ਅੱਲਾ। ਬੈਠੇ ਤਵੱਜੋ ਕਰੀ, ਜੰਗ ਫਰਮਾਇਆ, ਜੰਗ ਵਾਸਤੇ ਤਿਆਰ ਆ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ, ਵਜਦਾਨ ਸਾਊਂਡ ਸਿਸਟਮ ਅੱਲਾ ਮਜ਼ੀਦ ਬਰਕਤਾਂ ਤਾ ਫਰਮਾਏ, ਸੋਹਣਾ ਸਾਊਂਡ ਚਲਾ ਰਿਹਾ, ਅੱਲਾ ਮਜ਼ੀਦ ਇਮਤਾਂ ਤਾ ਫਰਮਾਓ। ਇੱਧਰ ਜੁਮਲੇ ਸੁਣਿਓ, ਵੀਡੀਓ ਬਣਦੀ ਪਈ ਆ, ਤਿੰਨ ਕੈਮਰੇ ਲੱਗੇ ਨੇ, ਗੱਲ ਮੈਂ ਛੁਪਾ ਨਹੀਂ ਸਕਦਾ ਤੇ ਗੱਲ ਤੂੰ ਨੱਸ ਵੀ ਨਹੀਂ ਸਕਦਾ, ਕਿਉਂਕਿ ਵੀਡੀਓ ਰਿਕਾਰਡ ਹੋਏ ਤੇ ਗੱਲ ਤੂੰ ਬੰਦਾ ਨੱਸ ਨਹੀਂ ਸਕਦਾ। ਪੂਰੀ ਦੁਨੀਆ ਨੂੰ ਪੈਗਾਮ ਹੈ, ਕੋਈ ਲਿਆ ਤੇ ਸਹੀ ਅਲੀ ਦੇ ਪੁੱਤਰਾਂ ਵਰਗਾ, ਕਿਬਲਾ ਕੋਈ ਲਿਆ ਤੇ ਸਹੀ ਇਹਨਾਂ ਦੀ ਸ਼ਾਨ ਵਰਗਾ, ਜਿਵੇਂ ਕੁਰਬਾਨੀ ਦਿੱਤੀ। ਇਬਰਾਹੀਮ ਵੀ ਪੁੱਤਰ ਜ਼ਿਬਾ ਕਰਨ ਆਇਆ ਸੀ, ਹਜ਼ਰਤ ਇਬਰਾਹੀਮ ਖਲੀਲੁੱਲਾ ਵੀ ਪੁੱਤਰ ਜ਼ਿਬਾ ਕਰਨ ਆਏ ਸਨ, ਜ਼ਿਬਾ ਹੋ ਗਿਆ ਸੀ ਕਿ ਬਚ ਗਿਆ ਸੀ? ਬੋਲੋ, ਇਸਮਾਈਲ ਅਲੈ ਸਲਾਮ ਜ਼ਿਬਾ ਹੋਏ ਨੇ ਕਿ ਬੱਚੇ ਨੇ? ਦੁੰਬਾ ਜ਼ਿਬਾ ਹੋ ਗਿਆ, ਪੁੱਤਰ ਬਚਾ ਕੇ ਲੈ ਗਏ। ਇੱਥੇ ਮੈਂ ਕੁਰਬਾਨ ਜਾਵਾਂ ਆਪਣੇ ਇਮਾਮ ਦੇ ਹੌਸਲੇ ਤੇ ਸਬਰ ਤੋਂ। ਬਾਬਾ ਅੱਖਾਂ ਦੇ ਸਾਹਮਣੇ ਅਲੀ ਅਕਬਰ ਗਿਆ, ਅੱਖਾਂ ਦੇ ਸਾਹਮਣੇ ਉਹਨੂੰ ਮੁਹੰਮਦ ਗਿਆ। ਬਾਬਾ ਜੁਮਲੇ ਸੁਣੇ, ਫਰਮਾਇਆ ਬੈਤ ਨਹੀਂ ਹੋਵੇਗੀ। ਇੱਧਰ ਵੇਖ, ਜੰਗ ਤਿਆਰ ਹੈ, ਬਿਲਕੁਲ ਫੌਜਾਂ ਤਿਆਰ, ਤੀਰ ਅੰਦਾਜ਼ ਤੀਰ ਕਮਾਨ ਚ ਪਾ ਕੇ ਬਿਲਕੁਲ ਤਿਆਰ ਖੜੇ ਨੇ। ਇੱਧਰ 72 ਨੇ, ਉੱਧਰ ਹਜ਼ਾਰਾਂ ਨੇ, ਉੱਧਰ ਫਿਰ ਵੀ ਜਹੰਮ ਹੈ, ਇੱਧਰ ਫਿਰ ਵੀ ਜੰਨਤ ਹੈ। ਆਏ ਹਾਏ, ਅੱਲਾ ਤੇਰਾ ਹੱਸ ਸਲਾਮਤ ਰੱਖੇ ਜਿਹੜਾ ਹੁਸੈਨ ਦੇ ਨਾਂ ਤੇ ਬੁਲੰਦ ਕੀਤਾ। ਤੇਰੀ ਦੁਨੀਆ ਯਾਦ ਕਰੇ, ਕੋਈ ਬੰਦਾ ਬੁਲਾਇਆ ਸੀ, ਕੁਝ ਦੇ ਕੇ ਗਿਆ। ਜੁਮਲੇ ਸੁਣੀ, ਜੰਗ ਤਿਆਰ, ਉਧਰੋਂ ਹੋਰ ਦੀ ਅੱਖ ਲੱਗ ਗਈ ਖੈਮੇ ਵਿੱਚ। ਮੇਰਾ ਦਿਲ, ਮੈਂ ਅੱਜ ਤੁਹਾਨੂੰ ਜਨਾਬੇ ਹੋਰ ਦੀ ਸ਼ਹਾਦਤ ਨਾ ਸੁਣਾਵਾਂ, ਸੁਣੋਗੇ ਜੀ? ਇੱਧਰ ਤਵੱਜੋ ਫਰਮਾਇਆ ਜੇ, ਜਨਾਬੇ ਹੋਰ ਦੀ ਅੱਖ ਲੱਗ ਗਈ, ਪੁੱਤਰ ਵੀ ਵੇਚੀਏ, ਅੱਖ ਖੁੱਲੀ ਤੇ ਜਨਾਬੇ ਹੋਰ ਕੰਬਲ ਲੱਗ ਪਏ। ਪੁੱਤਰ ਕਹਿਣ ਲੱਗਾ, ਬੂਜੀ ਖੈਰ? ਫਰਮਾਇਆ, ਪੁੱਤਰ ਜਲਦੀ ਕਰ, ਟਾਈਮ ਥੋੜਾ ਹੈ। ਆਏ ਹਾਏ, ਜਲਦੀ ਕਰ, ਟਾਈਮ ਹੈ, ਜਲਦੀ ਕਰ, ਟਾਈਮ ਥੋੜਾ। ਹੋਰ ਦਾ ਪੁੱਤਰ ਕਹਿਣ ਲੱਗਾ, ਬਾਬਾ ਅਚਾਨਕ ਅਚਾਨਕ ਜੰਗ ਦਾ ਵੇਲ ਹੈ, ਅੱਧੇ ਘੰਟੇ ਬਾਅਦ ਜੰਗ ਸ਼ੁਰੂ ਹੋ ਜਾਣੀ ਹੈ, ਇਹ ਘੰਟੇ ਡੇਢ ਦੀ ਜੰਗ ਮੁੱਕ ਜਾਣੀ। ਬਾਬਾ ਕੀ? ਫਰਮਾਇਆ, ਪੁੱਤਰ ਜੇ ਜੰਗ ਛਿੜ ਗਈ ਨਾ ਤੇ ਤੇਰਾ ਪਿਓ ਵੀ ਮਾਰਿਆ ਜਾਏਗਾ ਤੇ ਤੂੰ ਵੀ ਮਾਰਿਆ ਜਾਏਗਾ। ਅੱਬਾ ਹੋਇਆ ਕੀ ਆ? ਫਰਮਾਇਆ, ਪੁੱਤਰ ਮੇਰੀ ਅੱਖ ਲੱਗੀ ਏ, ਮੈਂ ਖਾਬ ਵੇਖ ਰਿਹਾ, ਜਿੱਧਰ ਅਸੀਂ ਆ ਉੱਧਰ ਜਹੰਨਮ ਏ, ਜਿੱਧਰ ਹੁਸੈਨ ਏ ਉੱਧਰ ਅੱਲਾ ਵੀ ਏ, ਉਹਦਾ ਰਸੂਲ ਵੀ ਏ। ਜਨਾਬੇ ਵਾਲਾ, ਜਨਾਬੇ ਹੋਰ ਨੇ ਆਪਣੇ ਪੁੱਤਰ ਦੇ ਸਾਹਮਣੇ ਹੱਥ ਬੰਨ ਲਏ ਨੇ, ਹਰਦ ਕਰਨ ਲੱਗਾ, ਮਰਿਆ ਪੁੱਤਰਾ ਮੈਨੂੰ ਹੁਸੈਨ ਕੋਲ ਲੈ ਰਹਾ, ਮੈਨੂੰ ਇਮਾਮੇ ਅਲੀ ਮਕਾਮ ਦੇ ਖੈਮੇ ਦੇ ਸਾਹਮਣੇ ਲੈ ਰਹਾ। ਬਾਬਾ ਜੀ ਹੱਥਾਂ ਵਿੱਚ ਹੱਥ ਕੜੀਆਂ ਪਾ ਲਈਆਂ ਨੇ, ਜਨਾਬੇ ਹੋਰ ਦੌੜਦੇ ਖੈਮੇ ਦੇ ਸਾਹਮਣੇ ਆ ਗਏ ਨੇ। ਹਾਂਦਣੇ ਆਕਾ ਹੁਸੈਨ ਮੈਂ ਤੁਹਾਡਾ ਮੁਜਰਮ ਆਇਆ ਵਾਂ, ਹਾਕਾ ਹੁਸੈਨ ਮੈਂ ਤੁਹਾਡਾ ਰਸਤਾ ਡੱਕਣ ਵਾਲਾ ਵਾਂ, ਹਾਕਾ ਹੁਸੈਨ ਬੜੀ ਵੱਡੀ ਗਲਤੀ ਹੋ ਗਈ ਹੈ, ਹਾਕਾ ਹੁਸੈਨ ਬੜਾ ਜੁਰਮ ਹੋ ਗਿਆ ਵੇ, ਹਾਕਾ ਹੁਸੈਨ ਖੈਮੇ ਲਵਾਉਣ ਵਾਲਾ ਮੈਂ, ਅਗਰ ਮੈਂ ਖੈਮੇ ਲੰਘਾ ਦਵਾਉਂਦਾ ਜੰਗ ਕਦੀ ਨਾ ਆਉਂਦੀ, ਹਾਕਾ ਤੁਹਾਡਾ ਰਸਤਾ ਡੱਕਣ ਵਾਲਾ ਮੈਂ, ਤੁਹਾਨੂੰ ਕਰਬਲਾ ਤੱਕ ਲੈ ਕੇ ਆਉਣ ਵਾਲਾ ਮੈਂ। ਮੇਰੇ ਇਮਾਮ ਨੇ ਫਰਮਾਇਆ, ਹੋਰ ਕਿਉਂ ਰੋਣਾ ਹੈ? ਆਂਦਾ ਆਕਾ ਹੁਸੈਨ ਮਾਫੀ ਲੈਣ ਆਇਆ ਵਾਂ, ਆਕਾ ਹੁਸੈਨ ਗਲਤੀ ਹੋ ਗਈ ਹੈ, ਮਾਫੀ ਦਿਆਰ, ਆਕਾ ਹੁਸੈਨ ਤੁਹਾਡਾ ਨਾਨਾ ਵੀ ਸਹੀ ਹੈ, ਆਕਾ ਹੁਸੈਨ ਤੁਹਾਡਾ ਬਾਬਾ ਅਲੀ ਵੀ ਸਹੀ ਹੈ, ਆਕਾ ਹੁਸੈਨ ਤੇਰੀ ਮਾਂ ਜ਼ਹਰਾ ਵੀ ਸਹੀ ਹੈ, ਆਕਾ ਮਾਫੀ ਦੇ ਦਿਆਰ, ਆਓ ਗੁਜਰਾਂ ਵਾਲੇ ਦੀ ਸਰਜ਼ਮੀਨ 'ਚ ਬਹਿਣ ਵਾਲਿਓ। ਮੇਰੇ ਇਮਾਮ ਨੇ ਹੋਰ ਨੂੰ ਸੀਨੇ ਲਾ ਲਿਆ ਵੇ, ਫਰਮਾਇਆ ਹੋਰ ਨਾ ਟੈਨਸ਼ਨ ਫਿਕਰ ਨਾ ਕਰੇ, ਆਕਾ ਹੁਸੈਨ ਮਾਫੀ ਦਿੱਤੀ ਹੈ ਕਿ ਕੋਈ ਨਹੀਂ? ਫਰਮਾਇਆ ਅਸੀਂ ਸਖੀ ਘਰਾਨੇ ਵਿੱਚੋਂ ਆਏ ਹਾਂ, ਸਾਡਾ ਸਾਰਾ ਘਰਾਨਾ ਹੀ ਸਖੀ ਹੈ, ਅਸੀਂ ਦੁਸ਼ਮਣਾਂ ਕੋਲੋਂ ਬਦਲੇ ਨਹੀਂ ਲੈਂਦੇ, ਅਸੀਂ ਤੇ ਦੁਸ਼ਮਣਾਂ ਨੂੰ ਵੀ ਮਾਫੀਆਂ ਦੇ ਦਿੰਦੇ ਹਾਂ, ਅਗਰ ਸ਼ਰਮਿੰਦਾ ਹੋ ਗਿਆ ਵੇ, ਅਗਰ ਗਲਤੀ ਮੰਨ ਗਿਆ ਵੇ, ਜਾਂ ਹੁਸੈਨ ਤੇਰੇ ਤੇ ਰਾਜ਼ੀ ਆ, ਜਾਂ ਜ਼ਹਰਾ ਦਾ ਬੱਚਾ ਤੇਰੇ ਤੇ ਰਾਜ਼ੀ ਆ। ਇੱਧਰ ਬਾਬਾ ਜੁਮਲੇ
ਸੁਣਨੇ ਨਹੀਂ, ਟਾਈਮ ਥੋੜਾ ਏ। ਜਨਾਬੇ ਹੋਰ ਨੇ ਜਦੋਂ ਮਾਫ਼ੀ ਲੈ ਲਈ ਹੈ, ਹਰਜ਼ ਕੀਤੀ ਆਕਾ ਹੁਸੈਨ ਮੇਰੀ ਇੱਕ ਗੱਲ ਮੰਨਿਆ ਰੇ, ਮੇਰੇ ਇਮਾਮ ਨੇ ਫਰਮਾਇਆ ਹੋਰ ਕਿਹੜੀ ਗੱਲ ਨਾ ਵੇ, ਹਰਜ਼ ਕਰਦਾ ਆਕਾ ਹੁਸੈਨ ਮੇਰੇ ਦਿਲ ਦੀ ਤਮੰਨਾ ਵੇ, ਅੱਜ ਮੈਂ ਖੈਮੇ ਲਵਾਏ ਨੇ, ਅੱਜ ਮੈਂ ਰਸਤੇ ਡੱਕੇ ਨੇ, ਆਗਾ ਮੇਰੀ ਤਮੰਨਾ ਵੇ, ਜਦੋਂ ਕਰਬਲਾ ਦੀ ਜੰਗ ਛਿੜੇ ਆਕਾ ਹੁਸੈਨ ਪਹਿਲਾਂ ਜੰਗ ਮੈਂ ਕਰਾਂਗਾ, ਆਕਾ ਹੁਸੈਨ ਮੈਂ ਤੁਹਾਡੇ ਤੋਂ ਕੁਰਬਾਨ ਹੋਵਾਂਗਾ, ਆਕਾ ਹੁਸੈਨ ਮੈਂ ਕਿਆਮਤ ਵਾਲੇ ਦਿਨ ਤੁਹਾਡੀ ਮਾਂ ਨੂੰ ਚਿਹਰਾ ਵਿਖਾਵਾਂਗਾ, ਤੁਹਾਡੇ ਨਾਨੇ ਦੇ ਸਾਹਮਣੇ ਚਿਹਰਾ ਲੈ ਕੇ ਜਾਵਾਂਗਾ। ਇਧਰੋਂ ਜੰਗ ਸ਼ੁਰੂ ਆਉਣ ਵਾਲੀ ਹੈ, ਮੇਰੇ ਇਮਾਮ ਨੇ ਹੁਣ ਨੂੰ ਤਿਆਰ ਕੀਤਾ ਹੈ। ਇੱਧਰ ਬਾਬਾ ਜੀ ਜੁਮਨੇ ਸੁਣਿਆ ਰੇ, ਆਪਣੇ ਪੁੱਤਰ ਨੂੰ ਸਲਾਮ ਆਖੇ ਆਵੇ। ਇੱਧਰੋਂ ਜਨਾਬੇ ਹੋਰ ਜੰਗ ਸ਼ੁਰੂ ਹੋ ਗਈ ਹੈ, ਉਧਰੋਂ ਸ਼ਿਮਰ ਕਹਿਣ ਲੱਗਾ ਹੋਰ ਕਿੱਦਾਂ ਰਾਇਆ ਹੈ, ਆਖਣ ਲੱਗਾ ਜੰਗ ਸ਼ੁਰੂ ਕਰਿਆ ਰੇ, ਆਖਣ ਲੱਗਾ ਸਾਡਾ ਸਾਥੀ ਹੋਗੇ, ਸਾਡੇ ਨਾਲ ਤਾਂ ਹੋਗੇ, ਅੱਜ ਸਾਨੂੰ ਪਿਆ ਲਲਕਾਰਨਾ ਵੇ। ਜਨਾਬੇ ਹੋਰ ਨੇ ਹੱਥ ਬੁਲੰਦ ਕੀਤਾ, ਇੱਧਰ ਵੇਖਿਓ ਹੱਥ ਬੁਲੰਦ ਕਰਕੇ ਫਰਮਾਇਆ, ਉਹ ਕਮੀਨਿਓ ਪਹਿਲਾਂ ਮੈਂ ਤੁਹਾਡੇ ਨਾਲ ਦਾਸਾਂ, ਮੈਂ ਹੁਣ ਹੁਸੈਨ ਦੇ ਨਾਲ ਦਾ। ਮੇਰੇ ਇਮਾਮ ਦਾ ਸਬਾਈ ਫਰਮਾਉਂਦੇ ਨੇ, ਮੈਂ ਹੁਸੈਨੀ ਬਣ ਗਿਆ, ਮੈਂ ਯਜ਼ੀਦੀ ਤੋਂ ਹੁਸੈਨੀ ਹੋ ਗਿਆ। ਸ਼ਿਮਰ ਕਹਿਣ ਲੱਗਾ ਬੜਾ ਧੋਖਾ ਖਾ ਗਿਆ ਵੇ, ਬੜਾ ਨੁਕਸਾਨ ਦਾ ਸੌਦਾ ਕਰ ਲਿਆ। ਫਰਮਾਇਆ ਸ਼ਿਮਰ ਨਾ ਨਾ, ਇਹ ਨੁਕਸਾਨ ਦਾ ਸੌਦਾ ਨਹੀਂ ਹੋਇਆ, ਇਹ ਧੋਖੇ ਦਾ ਸੌਦਾ ਨਹੀਂ ਹੋਇਆ, ਮੈਂ ਆਪਣੀਆਂ ਅੱਖਾਂ ਨਾਲ ਮੰਜ਼ਰ ਵੇਖ ਆਇਆ ਵਾਂ, ਮੈਂ ਆਪਣੀਆਂ ਅੱਖਾਂ ਨਾਲ ਤਸਵੀਰ ਵੇਖ ਆਇਆ ਵਾਂ। ਬਾਬਾ ਜੀ ਜੰਗ ਸ਼ੁਰੂ ਆਉਣ ਤੋਂ ਪਹਿਲਾਂ ਸ਼ਿਮਰ ਕਹਿਣ ਲੱਗਾ, ਸੋਚ ਲੈ ਇੱਥੇ ਇੱਕ ਮਿੰਟ ਲੱਗਣਾ ਸ਼ਹੀਦ ਹੋ ਜਾਵੇਗਾ, ਰੱਬੇ ਕਾਬਾ ਦੀ ਕਸਮੇ। ਜੁਮਲੇ ਸੁਣਿਆ ਰੇ, ਇੱਧਰੋਂ ਜਨਾਬੇ ਹੁਰ ਦੀ ਤਲਵਾਰ ਵੀ ਚੱਲਦੀ ਹੈ, ਇੱਧਰੋਂ ਯਜ਼ੀਦੀ ਵਾਸਲੇ ਜਹੰਨਮ ਹੋ ਰਹੇ ਨੇ, ਜਿਹੜਾ ਸਾਹਮਣੇ ਆਉਂਦਾ ਵਾਸਲੇ ਜਹੰਨਮ ਆਉਂਦਾ ਹੈ, ਜਿਹੜਾ ਸਾਹਮਣੇ ਆਉਂਦਾ ਵਾਸਲੇ ਜਹੰਨਮ ਹੋ ਰਿਹਾ ਹੈ। ਹਜ਼ਰਾ ਜੁਮਲੇ ਸੁਣਿਓ, ਆਖਰੀ ਜੁਮਲੇ ਤਕਰੀਰ ਛੱਡਣ ਲਗਾਵਾਂ। ਜਦੋਂ ਜਨਾਬੇ ਹੁਰ ਜ਼ਖਮਾਂ ਦੀ ਤਾਬ ਨਾ ਲਾਉਂਦੇ ਆ, ਕਰਬਲਾ ਦੀ ਜ਼ਮੀਨ 'ਤੇ ਆ ਗਏ ਨੇ, ਸ਼ਿਮਰ ਉੱਤੇ ਆ ਕੇ ਖਲੋ ਗਿਆ ਹੈ, ਆਂਦਾ ਹੁਰ ਹੁਣ ਦੱਸ ਅਸੀਂ ਸੱਚੇ ਹਾਂ ਜਾਂ ਹੁਸੈਨ ਇਬਨੇ ਅਲੀ ਸੱਚਾ ਹੈ, ਅਸੀਂ ਹੱਕ ਦੇ ਹਾਂ ਜਾਂ ਹੁਸੈਨ ਹੱਕ ਦੇਵੇ। ਇਹ ਸ਼ੇਰ ਸੁਣ ਕੇ ਜਿਹੜਾ ਚੁੱਪ ਰਵੇ ਉਹਦੀ ਮਰਜ਼ੀ, ਜਿਹੜਾ ਬੋਲੇ ਉਹਦੀ ਕਿਸਮਤ ਹੈ। ਬਾਬਾ ਜੀ ਹੋਰ ਨੇ ਦੋ ਵੀ ਬਾਜ਼ੂ ਬੁਲੰਦ ਕੀਤੇ ਨੇ, ਬੁਲੰਦ ਕਰਕੇ ਫਰਮਾਉਂਦੇ ਨੇ, ਸ਼ਿਮਰ ਸੁਣ, ਹੌਲੀ ਸੁਣ, ਅਮਰ ਇਬਨੇ ਸਾਦ ਤੁਮੀ ਸੁਣ, ਮੇਰਾ ਅਕੀਦਾ ਹੈ। ਉਹਨੇ ਆਖਿਆ ਹੋਰ ਕਿਹੜਾ ਅਕੀਦਾ ਵੇ, ਹੋਰ ਰੋ ਕੇ ਆਂਦਾ ਮੇਰਾ ਅਕੀਦਾ ਕਿਹੜਾ ਅਕੀਦਾ, ਰੋ ਕੇ ਆਂਦਾ ਇਹ ਦਿਲ ਬੇ ਹੁਸੈਨੀ ਹੈ, ਯੇ ਜਾਬੇ ਹੁਸੈਨੀ ਹੈ। ਮੁੱਕ ਗਈ ਜੇ ਮਹਿਫਲ, ਯੇ ਦਿਲ ਬੇ ਹੁਸੈਨੀ ਹੈ, ਯੇ ਜਾਬੇ ਹੁਸੈਨ। ਇੱਕ ਵਾਰੀ ਹੱਥ ਚੁੱਕ ਜੇ ਕਿਸਮਤ ਸਾਥ ਦਾ ਵੇਜਦੇ, ਯੇ ਦਿਲ ਬੇ ਹੁਸੈਨੀ ਹੈ, ਯੇ ਜਾਬੇ ਹੁਸੈਨੀ ਹੈ, ਦਿਲ ਬੇ ਹੁਸੈਨ। ਉਹ ਪਿੱਛੇ ਤੱਕ, ਪਿੱਛੇ ਤੱਕ, ਇੱਕ ਵਾਰੀ ਹੱਥ ਬੁਲੰਦ ਕਰਕੇ ਮਿਹਰਬਾਨੀ, ਇਹ ਦਿਲ ਬੇ ਹੁਸੈਨੀ ਹੈ, ਜਾ ਬੇ ਹੁਸੈਨੀ, ਵਾ 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 ਵਾ, ਇਹ ਦਿਲ ਬੇ ਹੁਸੈਨੀ ਹੈ, ਯੇ ਜਾ ਬੇ ਹੁਸੈਨੀ। ਅੱਜ ਗੁਜਰਾਂ ਵਾਲਾ ਗਵਾਈ ਦੇਵੇ ਗਵਾਈ, ਇਹ ਦਿਲ ਬੇ ਹੁਸੈਨ ਹੈ, ਜਾ ਬੇ ਹੁਸੈਨੀ, ਕਿਆ ਬਾਤ ਏ, ਇਹ ਦਿਲ ਬੇ ਹੁਸੈਨੀ ਹੈ, ਯੇ ਜਾ ਬੇ ਹੁਸੈਨੀ। ਹੱਥ ਬੁਲੰਦ ਕਰਕੇ ਨਾਰਾ ਹਦਰੀ, ਨਾਰਾ ਹਦ।
ਹੈਦਰੀ ਨਾਰਾ ਹੈਦਰੀ ਯੇ ਦਿਲ ਮੇਂ ਹੁਸੈਨੀ ਹੈ ਯੇ ਜਾਂ ਮੇਂ ਹੁਸੈਨੀ ਹੈ ਯੇ ਦਿਲ ਵੀ ਉਹ ਵੇਖ ਐਂਡ ਤੱਕ ਮਜਮਾ ਐਂਡ ਤੱਕ ਹੁਸੈਨੀ ਹੱਥ ਚੁੱਕ ਕੇ ਕਹਿ ਰਿਹਾ ਯਜ਼ੀਦੀਓ ਅਸੀਂ ਗੁਜਰਾਂ ਵਾਲੇ ਖਲੋ ਕੇ ਆਨੇ ਪਏ ਆ ਯੇ ਦਿਲ ਵੀ ਹੁਸੈਨੀ ਹੈ ਯੇ ਜਾਂ ਵੀ ਹੁਸੈਨੀ ਹੈ ਯੇ ਦਿਲ ਵੀ ਹੁਸੈਨੀ ਹੈ ਯੇ ਜਾਂ ਵੀ ਹੁਸੈਨੀ ਪਲਦਾ ਹੱਥ ਬੁਲੰਦ ਕਰਕੇ ਹੁਸੈਨੀ ਹੈ ਯੇ ਜਾਂ ਹੁਸੈਨੀ ਹੈ ਯੇ ਦਿਲ ਵੀ ਹੁਸੈਨੀ ਹੈ ਯੇ ਜਾਂ ਵੀ ਹੁਸੈਨੀ ਹੈ ਅਲ ਹਮੈਂ ਦੇਖੇ ਆਪਣਾ ਹੁਸੈਨੀ ਹੈ ਅਲ ਹਮੈਂ ਦੇਖੇ ਆਪਣਾ ਤੋਂ ਇਮਾਂ ਵੀ ਹੁਸੈਨੀ ਹੈ ਜੇ ਇੰਜ ਨਹੀਂ ਨਾ ਆਖਣਾ ਤੇ ਜਾਂਦੀ ਵਾਰੀ ਇੰਜ ਕਹਿ ਲੈਣੇ ਆ ਹੁਸੈਨ ਜ਼ਿੰਦਾਬਾਦ 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 ਯਜ਼ੀਦ ਕਲਵੀ ਮੁਰਦਾ ਸੀ ਹਾਏ 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 ਬੋਲੋ ਸੱਚੇ ਬੋਲੋ ਸੱਚੇ ਜਦੋਂ ਮੈਂ ਆਖਣਾ ਯਜ਼ੀਦ ਕਲਵੀ ਮੁਰਦਾ ਸੀ ਤੁਸੀਂ ਕਹਿਣਾ ਹੱਕ ਏ ਸੱਚੇ ਪਹਿਲਾਂ ਜੁਮਲਾ ਸੁਣ ਕੇ ਯਜ਼ੀਦ ਕਲਵੀ ਮੁਰਦਾ ਸੀ ਹੱਕ ਏ ਤੇ ਸੱਚੇ ਯਜ਼ੀਦ ਕਲਵੀ ਮੁਰਦਾ ਸੀ ਸੱਚੇ ਹੱਕ ਏ ਯਜ਼ੀਦ ਕਲਵੀ ਮੁਰਦਾ ਸੀ ਸੱਚੇ ਯਜ਼ੀਦ ਕਲਵੀ ਮੁਰਦਾ ਸੀ ਅੱਜ ਵੀ ਮੁਰਦਾਬਾਦ ਹੁਸੈਨ ਜ਼ਿੰਦਾਬਾਦ 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 ਜੀ ਬੈਠ ਜਾਓ ਜੀ ਸਾਰੇ ਜ਼ਰਾ ਅੱਲਾਬਾਦ ਸਾਡੀ ਇਸ ਬਜ਼ਮ ਨੂੰ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ ਹੁਣ ਕਿਬਲਾ ਅਲਾਮਾ ਸਾਹਿਬ ਦੁਆ ਫਰਮਾਣਗੇ ਜੀ ਬਹਿ ਜਾਓ ਜੀ ਸਾਰੇ ਹਜ਼ਰਾਤ ਸਾਨੂੰ ਤੁਸੀਂ ਹੁਣ ਇਜਾਜ਼ਤ ਦੇਣੀ ਹੈ ਅਸੀਂ ਡਸ ਕੇ ਪਹੁੰਚਣਾ ਹੁਣ ਕਿਬਲਾ ਸਨਾ ਖਾਨ ਤਸ਼ਰੀਫ ਫਰਮਾਨੇ ਜਨਾਬੇ ਮੋਹਤਰਮ ਕਾਸ਼ਫ ਸਾਹਿਬ ਉਹ ਨਾਤ ਪੇਸ਼ ਕਰਨਗੇ ਉਸ ਤੋਂ ਬਾਅਦ ਕਿਬਲਾ ਦੁਆ ਫਰਮਾਣਗੇ ਅਤੇ ਲੰਗਰ ਵੀ ਆਇਆ ਜੇ ਨਾ ਲੰਗਰ ਦਾ ਵੀ ਇੰਤਜ਼ਾਮ ਹੈ ਲੰਗਰੇ ਹੁਸੈਨੀ ਦਾ ਵੀ ਵਸੀ ਇੰਤਜ਼ਾਮ ਹੈ ਅਤੇ ਇਹ ਵਸੀ ਨਾ ਵੀ ਨਾ ਹੋਵੇ ਤਾਂ ਇਹ ਨਹੀਂ ਘੱਟਦਾ
ਇਹਦੀ ਨਿਸਬਤ ਕਿਹਦੇ ਨਾਲ? ਹੁਸੈਨ ਇਬਨ ਅਲੀ ਦੇ ਨਾਲ। ਕਦੀ ਜ਼ਿੰਦਗੀ ਰਹੀ ਤਾਂ ਫਿਰ ਗੱਲਾਂ ਕਰਾਂਗੇ। ਫਿਰ ਬਾਬਾ ਜੀ ਇਹ ਮਹਿਫਲਾਂ ਸੱਜਣ ਗਈਆਂ, ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 'ਚ।